ਵੈਗੁਰਜੀ ਦੇ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਤੁਹਾਡੀ ਹੋਸਟ ਫਰੀਥ ਕੋ ਨਿਊਜ਼ ਟੀਵੀ 84 ਦੇ ਨਾਲ ਵਿਅਰਸ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਦੇ ਸੱਦੇ ਤੇ ਅਪ੍ਰੈਲ ਦੇ ਦੂਸਰੇ ਹਫਤੇ ਕੈਨੇਡਾ ਦੌਰੇ ਤੇ ਆ ਰਹੇ ਹਨ ਪ੍ਰਧਾਨ ਮੰਤਰੀ ਹਾਰਪਰ ਨਾਲ ਮੁਲਾਕਾਤ ਦੇ ਇਲਾਵਾ ਨਰਿੰਦਰ ਮੋਦੀ ਟੋਰਾਂਟੋ ਵਿੱਚ ਨਾਨ ਰੈਜ਼ਨ ਇੰਡੀਆ ਦੇ ਇੱਕ ਫੰਕਸ਼ਨ ਨੂੰ ਵੀ ਸੰਬੋਧਨ ਕਰਨਗੇ ਪਿਛਲੇ ਲਗਭਗ 10 ਮਹੀਨੇ ਵਿੱਚ ਜਦੋਂ ਤੋਂ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣਿਆ ਹੈ ਕਾਟਕਿੰਦੀ ਕੌਮਾ ਦੀ ਸ਼ਮਤ ਆਈ ਹੋਈ ਹੈ ਮੋਦੀ ਖੁੱਲੇ ਤੌਰ ਤੇ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਦਾ ਤਲਿਆ ਹੋਇਆ ਹੈ ਜਿਸ ਨੇ ਭਾਰਤ ਵਿੱਚਲੀ ਮਿਨੋਰਟੀਜ਼ ਨੂੰ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਪਰ ਅਫਸੋਸ ਅਮਰੀਕਾ ਕੈਨਡਾ ਸਮੇਤ ਦੂਸਰੇ ਪੱਛਮੀ ਦੇਸ਼ ਆਪਣੇ ਵਪਾਰਕ ਹਿੱਤਾਂ ਨੂੰ ਮੁੱਖ ਰੱਖਦੇ ਆ ਮੂੰਹ ਵਿੱਚ ਖੁੰਗਣੀਆਂ ਪਾਈ ਬੈਠੇ ਹਨ 30 ਮਿਲੀਅਨ ਸੇ ਘੱਟ ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਬਨਾਲ ਡਿਟਰਮਿਨ ਹੈ ਮੋਦੀ ਦੇ ਇਸ ਕਾਈਂਡ ਆਫ ਫੇਰ ਤੋਂ ਠੀਕ ਪਹਿਲਾ ਮਨੁੱਖੀ ਅਧਿਕਾਰ ਸੰਸਥਾ ਸਿੱਖ ਫੌਰ ਜਸਸ ਨੇ ਇੱਕ ਪਟੀਸ਼ਨ ਲਾਂਚ ਕੀਤੀ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਹਰਪਨ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਕੋਲ ਸਿੱਖ ਨਾਗਰਿਕਤਾ ਦੀਆਂ ਮੰਗਾਂ ਨੂੰ ਮੰਗਾਂ ਦਾ ਮੁੱਦਾ ਉਠਾਉਣ ਜੋ ਕਿ ਇੱਕ ਆਜ਼ਾਦ ਦੇਸ਼ ਲਈ ਸੰਘਰਸ਼ ਕਰ ਰਹੇ ਹਨ ਈਅਰਜ਼ ਇਸ ਪਟੀਸ਼ਨ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਮੋਦੀ ਨੂੰ ਕਹਿਣ ਕਿ ਸਿੱਖਾਂ ਦੇ ਖੁਦਮੁਕਤਾਈ ਦੇ ਅਧਿਕਾਰ ਨੂੰ ਮਾਨਤਾ ਦੇਣ ਅਤੇ ਆਜ਼ਾਦ ਦੇਸ਼ ਖਾਲਿਸਤਾਨ ਦੀ ਸਥਾਪਨਾ ਲਈ ਭਾਰਤੀ ਕਬਜ਼ੇ ਵਿਚਲੇ ਪੰਜਾਬ ਵਿੱਚ ਰਾਏ ਸ਼ਮਾਈ ਕਰਵਾਂ ਵਿਊਅਰਸ ਅੱਜ ਜਿਸੀ ਮੋਦੀ ਦੇ ਸੰਭਾਵਿਤ ਕਾਣਾ ਦੌਰੇ ਪ੍ਰਧਾਨ ਮੰਤਰੀ ਹਾਰਪਨ ਅਡਰੈਸ ਪਟੀਸ਼ਨ ਅਤੇ ਇਸ ਦੇ ਦੂਰਗਾਮੀ ਪ੍ਰਭਾਵ ਕੀ ਹੋਣਗੇ ਇਹਨਾਂ ਵਿਸ਼ਿਆਂ ਤੇ ਵਿਸ਼ੇਸ਼ ਗੱਲਬਾਤ ਕਰਾਂਗੇ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸਿਕਸਵ ਜਸਸ ਦੀ ਲੀਗ ਐਡਵਾਈਜ਼ਰ ਸਰਦਾਰ ਗ੍ਰਿਪਤਵਾਨ ਸਿੰਘ ਪੰਨੂ ਅਤੇ ਖਾਲਸਾ ਅਫੇਅਰਸ ਅੰਡਰ ਦ ਸੰਚਾਲਕ ਡਾਕਟਰ ਅਮਰਜੀਤ ਸਿੰਘ ਆਪਨੇ ਸਵਾਰਨਾ ਸਿਲਸਲਾ ਇਹਨਾਂ ਨਾਲ ਜਾਰੀ ਕਰਦੇ ਹਾਂ ਜੀ ਵੀਰ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫੋਟੇ ਸੋ ਵੀ ਜੀ ਅਸਨ ਅਸੀਂ ਵਿਸ਼ੇਸ਼ ਕਰਵਾ ਇਸ ਪੇਟੀਸ਼ਨ ਤੇ ਕਰਾਂਗੇ ਪਰ ਸਭ ਤੋਂ ਵੱਡਾ ਆਉਡ ਲਾਈਕ ਟੂ ਆਸਕ ਯੂ ਡਾਕਟਰ ਅਮਰਜੀਤ ਸਿੰਘ ਜੀ ਜਿਸ ਤਰ੍ਹਾਂ ਜਾਨ ਦੇ ਕਿ ਯੂ نو ਮੋਦੀ ਨੂੰ ਪਹਿਲਾ ਭਾਰਤ ਭਾਰਤ ਦਾ ਮੋਦੀ ਜਣ ਪ੍ਰਧਾਨ ਮੰਤਰੀ ਬਣਿਆ ਹੈ ਇਸ ਨੂੰ ਅਮਰੀਕਾ ਦੇ ਵਿੱਚ ਬੈਨ ਕੀਤਾ ਗਿਆ ਸੀ ਪਰ ਰੀਸਨਲੀ ਹੀ ਇਸ ਗੋਇੰਗ ਟੂ ਸੋ ਮੇਨੀ ਡਿਫਰੈਂਟ ਕੰਟਰੀਜ਼ ਆਲਸੋ ਹੀਸ ਕਮਿੰਗ ਟੂ ਕੈਨੇਡਾ ਨੈਕਸਟ ਮੰਥ ਇਹ ਰ ਆ ਲਾਈਕ ਅ ਪਰਪਸ ਕੀ ਹੈ ਇਸ ਕਾਈਂਡ ਦਾ ਦੋਰ ਧਿਆਨ ਦੇ ਅ ਦੇਖੋ ਗੁਰਬਾਣੀ ਚ ਇੱਕ ਤੁਕ ਹੈ ਅਪਰਾਧੀ ਦੂਣਾ ਨਿਵੇ ਜਿਉ ਹੰਤਾ ਮਰਗਾਏ ਜੀ ਕਿ ਜਿਹੜਾ ਜਿਸ ਤਰ੍ਹਾਂ ਜਿਹੜਾ ਸ਼ਿਕਾਰੀ ਹੈ ਉਹ ਹਿਰਨ ਨੂੰ ਫਸਾਣ ਦੇ ਲਈ ਜਾਂ ਸ਼ਿਕਾਰ ਨੂੰ ਫਸਾਣ ਦੇ ਲਈ ਦੁਗਣਾ ਨਿਵ ਕੇ ਜਾਲ ਸੁੱਟਦਾ ਹੈ ਇਸੇ ਤਰ੍ਹਾਂ ਜਿਹੜਾ ਅਪਰਾਧੀ ਹੁੰਦਾ ਹੈ ਗੁਨਾਹਗਾਰ ਹੁੰਦਾ ਹੈ ਕ੍ਰਾਈਮਨਲ ਹੁੰਦਾ ਹੈ ਉਹ ਐਕਸਟਰਾ ਮਾਈਲ ਜਾਂਦਾ ਹੈ ਸਾਬਤ ਕਰਨ ਦੇ ਲਈ ਕਿ ਮੈਂ ਅਪਰਾਧੀ ਨਹੀਂ ਐ ਮੈਂ ਸਾਫ਼ ਸੁਥਰਾ ਐ ਹਾਂਜੀ ਸੋ ਅਸੀਂ ਸਮਝਦੇ ਹਾਂ ਵੀ ਜੇ 10 ਮਹੀਨੇ ਦੀ ਮੋਦੀ ਦੀ ਕਾਰਗੁਜ਼ਾਰੀ ਦੇਖੀਏ ਤੇ ਉਸ ਨੇ ਆਲਮੋਸਟ ਸਾਰੇ ਹੀ ਜਿਹੜੇ ਵੱਡੇ ਮੁਲਕ ਨੇ ਜੀ ਉਹ ਇਕਦਮ ਜਿਹੜਾ ਚਾਈਨਾ ਵੀ ਗਿਆ ਜਪਾਨ ਵੀ ਗਿਆ ਆਸਟ੍ਰੇਲੀਆ ਵੀ ਗਿਆ ਅਮਰੀਕਾ ਵੀ ਆਇਆ ਜੀ ਔਰ ਹੁਣ ਕੈਨੇਡਾ ਦਾ ਦੌਰਾ ਯੂਰਪ ਤੇ ਵਿੱਚ ਔਰ ਚੰਗੀ ਗੱਲ ਇਹ ਐ ਵੀ ਮੋਦੀ ਨੂੰ ਚੰਗਾ ਸਨਭ ਦਿੱਤਾ ਉਹਨੇ ਉਹ ਅ ਯੂਰੋਪੀਅਨ ਯੂਨੀਅਨ ਵਾਲਿਆਂ ਨੂੰ ਉਹਨੇ ਕਿਹਾ ਸੀ ਜੀ ਮੋਦੀ ਨੇ ਬਰਸਲ ਜਾਣਾ ਹੈ ਤੇ ਇੱਕ ਇੰਡੋ ਯੂਰੋਪੀਅਨ ਯੂਨੀਅਨ ਜਿਹੜੀ ਹੈ ਸਮਿਟ ਰੱਖੀ ਜਾਏ ਪਰ ਕਿਉਂਕਿ ਜਨਵਰੀ ਦੇ ਮਹੀਨੇ ਚ ਯੂਰੋਪੀਅਨ ਯੂਨੀਅਨ ਨੇ ਇੰਡੀਆ ਨੂੰ ਹਿਊਮਨ ਰਾਈਟਸ ਵਾਇਓਲੇਟਰ ਦੇ ਤੌਰ ਦੇ ਉੱਤੇ ਜਿਹੜਾ ਕੰਡੈਮ ਕਰਤਾ ਕਿਉਂਕਿ ਜਿਹੜੇ ਦੋ ਇਟਾਲੀਅਨ ਮੈਰੀਨ ਇਹਨਾਂ ਨੇ ਫੜੇ ਹੋਏ ਨੇ ਉਸ ਮੁੱਦੇ ਦੇ ਉੱਤੇ ਯੂਰੋਪੀਅਨ ਯੂਨੀਅਨ ਦੀ ਕੰਡੈਮਨੇਸ਼ਨ ਹੈ ਉਹਦੇ ਲਈ ਔਰ ਮੋਦੀ ਦੀ ਰਿਕੁਐਸਟ ਨੂੰ 1 ਮਹੀਨਾ ਉਹਨਾਂ ਦੇ ਫੋਰਨ ਆਫਿਸ ਨੇ ਹੋ ਗਿਆ ਭੇਜਿਆ ਉਹਨਾਂ ਨੇ ਰਿਸਪੌਂਡ ਹੀ ਨਹੀਂ ਕੀਤਾ ਸੋ ਇਹਨੂੰ ਇਵਨ ਸਾਰੇ ਇੰਟਰਨੈਸ਼ਨਲ ਮੀਡੀਆ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਸਨਬਸ ਮੋਦੀ ਸੋ ਇੱਕ ਪੋਜ਼ਿਟਿਵ ਗੱਲ ਹੋਈ ਹੈ ਔਰ ਇਸ ਸਨਬ ਤੋਂ ਬਾਅਦ ਮੋਦੀ ਨੇ ਆਪਣਾ ਜਿਹੜਾ ਯੂਰਪ ਟ੍ਰਿਪ ਹੈ ਜਿਹਦੇ ਚ ਜਰਮਨ ਔਰ ਫਰਾਂਸ ਜਾ ਰਹੇ ਉਹਦੇ ਚ ਬਰਸਲ ਨੂੰ ਬਾਹਰ ਕੱਢ ਦਿੱਤਾ ਸੋ ਮੈਂ ਸਮਝਦਾ ਹਾਂ ਵੀ ਆਲਰੇਡੀ ਇੱਕ ਪੋਜ਼ਿਟਿਵ ਗੱਲ ਹੋਈ ਹੈ ਬਾਕੀ ਜਿਹੜਾ ਤੁਹਾਡਾ ਸਵਾਲ ਹੈ ਵੀ ਆ ਕਿਉਂ ਰਿਹਾ ਹੈ ਅਪਰਾਧੀ ਦੂਣਾ ਨੇਵੇਂ ਜੋ ਕੁਝ ਵਿਦਨ ਇੰਡੀਅਨ ਮੈਪ ਇੰਡੀਆ ਦੇ ਵਿੱਚ ਭਾਜਪੀ ਬਜਰੰਗਦਾਲ ਜਿੰਨੀਆਂ ਆਊਟਫਿਟਸ ਜਿਨ੍ਹਾਂ ਨੂੰ ਸਭ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ ਕੋਈ ਜਿਹੜਾ ਬਿਆਨਬਾਜ਼ੀ ਇਧਰ ਹੋ ਰਹੀ ਹੈ ਉਧਰ ਹੋ ਰਹੀ ਹੈ ਇਸਾਈਆਂ ਦੇ ਉੱਤੇ ਹਮਲੇ ਹੋ ਰਹੇ ਨੇ ਚਰਚ ਟਾਏ ਜਾ ਰਹੇ ਨੇ 72 ਸਾਲ ਦੀ ਜਿਹੜੀ ਨਨ ਹੈ ਬੀਬੀ ਬੰਗਾਲ ਦੇ ਵਿੱਚ ਉਹਦੇ ਨਾਲ ਜਿਹੜਾ ਰੇਪ ਹੋਇਆ ਹੈ ਹਰਿਆਣੇ ਦੇ ਵਿੱਚ ਜਿਹੜਾ ਉਹ ਚਰਚ ਤੋੜ ਕੇ ਉਹਦੀ ਥਾਂ ਤੇ ਜਿਹੜਾ हनुमान दी मूर्ति रख ਦਿੱਤੀ ਹੈ विश्व बिंदु પરિષદ ਦਾ ਝੰਡਾ ਲਾ ਦਿੱਤੇ ਸੋ ਉਹ ਸਾਰੀਆਂ ਕਰਤੂਤਾ ਉਵੇਂ ਹੀ ਚੱਲ ਰਹੀਆਂ ਨੇ ਸੋ ਇਹ ਇੱਕ ਲਫਾਫਾ ਜਿਹੜਾ ਉਹ ਖੜਾ ਕੀਤਾ ਹੋਇਆ ਉਹਨਾਂ ਨੇ ਤਾਂ ਕਿ ਉਹ ਇੱਕ ਸਿਵਲਾਈਜ਼ਡ ਕੰਟਰੀਜ਼ ਦੇ ਵਿੱਚ ਆ ਕੇ ਆਪਣਾ ਇੱਕ ਕਲੀਨ ਜਿਹੜਾ ਇਮੇਜ ਦੱਸਣ ਦਾ ਯਤਨ ਕਰ ਰਿਹਾ ਹੈ ਕਿ ਜਿਵੇਂ ਕਿ ਮੇਰਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ ਪਰ ਅਸੀਂ ਸਮਝਦੇ ਹਾਂ ਕਿ ਇਹ ਇਹਨਾਂ ਮੁਲਕਾਂ ਦੇ ਵੀ ਆਪਣੇ ਵੈਸਟਰਨ ਇੰਟਰਸਟ ਨੇ ਬਟ ਦੈਟ ਇਜ਼ ਦਾ ਬੇਸਿਕ ਰੀਜ਼ਨ ਕਿ ਇਹਨੂੰ ਐਜ਼ ਅ ਪੀਆਰ ਯੂਜ਼ ਕਰ ਰਿਹਾ ਹੈ ਇਹਨਾਂ ਦੇ ਲਈ ਵੀ ਔਰ ਫਿਰ ਜਿਸ ਤਰੀਕੇ ਨਾਲ ਜਦੋਂ ਅਮਰੀਕਾ ਚ ਆਇਆ ਇੱਥੇ ਮੈਡੀਸਨ ਸਕਾਇਰ ਗਾਰਡਨ ਜਿਵੇਂ ਸਾਰੀ ਓਵਰਸੀਜ਼ ਜਿਹੜੇ ਭਾਰਤੀ ਮੂਲ ਦੇ ਲੋਕ ਨੇ ਉਹਨਾਂ ਦੇ ਵਿੱਚ ਆਪਣਾ ਸੌਦਾ ਵੇਚਣ ਦਾ ਕੰਮ ਹੈ ਪਰ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਔਰ ਜਿਸ ਤਰੀਕੇ ਨਾਲ ਅਮਰੀਕਾ ਦੇ ਵਿੱਚ ਇਹਨੂੰ ਆਇਆ ਨੂੰ ਉਹ ਨਿਊਯਾਰਕ ਹੋਏ ਵਾਸ਼ਿੰਗਟਨ ਹੋਏ ਉਸ ਨੂੰ ਚੈਲੰਜ ਕੀਤਾ ਗਿਆ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਨੇ ਚੈਲੰਜ ਕੀਤਾ ਔਰ ਕੈਨੇਡਾ ਦੇ ਵਿੱਚ ਵੀ ਆਲਰੇਡੀ ਜੇ ਕਿਸੇ ਨੇ ਐਕਟੀਵਿਟੀ ਦਿਖਾਈ ਹੈ ਤੇ ਸਿੱਖ ਕੌਮ ਦੇ ਬਿਹਾਫ ਤੇ ਹੈ ਔਰ ਅਸੀਂ ਇਸ ਨੂੰ ਪੂਰੀ ਤਰੀਕੇ ਦੇ ਨਾਲ ਚੈਲੰਜ ਕਰਾਂਗੇ ਔਰ ਪਹਿਲਾਂ ਦੀ ਤਰ੍ਹਾਂ ਕੈਨੇਡਾ ਜ ਵੀ ਇਹਨੂੰ ਐਕਸਪੋਜ਼ ਕੀਤਾ ਜਾਏਗਾ ਬਿਲਕੁਲ ਬਿਲਕੁਲ ਤੇ ਗੁਰਪਤਪਨ ਸਿੰਘ ਪਿੰਜੀ ਆਊ ਲਾਈਕ ਟੂ ਆਸ਼ੀ ਕੋਜ਼ ਯੂਰ ਲੀਗਲ ਬਾਇਜ਼ਰ ਆਫ 6 ਫੋਰ ਜਸਟਿਸ ਜਿਸ ਤਰ੍ਹਾਂ ਪੱਲਾਸੀ ਪਟੀਸ਼ਨ ਸਾਈਨ ਕੀਤੀ ਸੀ ਵਿਚ ਵੀ ਗਿਵ ਇਟ ਟੂ ਆਬਾਮਾ ਪ੍ਰੈਜ਼ੀਡੈਂਟ ਆਬਾਮਾ ਵਿਚ ਵਾਸ ਅ ਵੈਰੀ ਸਕਸੈਸਫੁਲ ਪਟੀਸ਼ਨ ਆਲਸੋ ਰਾਈਟ ਨਾਓ ਇਨ ਕੈਨਾ ਯੂ ਡੂਇੰਗ ਅ ਪਟੀਸ਼ਨ ਫੋਰ ਓਵਰ देयर ਪ੍ਰਾਈਮ ਮਿਨਿਸਟਰ ਹਾਰਪਰ ਸੋ ਕੈਨ ਯੂ ਟੈਲ ਅਸ ਅ ਲਿਟਲ ਬਿਟ ਇਨ ਡੀਟੈਲ ਲਿਕੋ ਵਾਟ ਇਜ਼ ਦਿਸ ਪਟੀਸ਼ਨ ਇਜ਼ ਅਬਾਊਟ ਹਰਪਰ 2012 ਦੇ ਵਿੱਚ ਭਾਰਤੀ ਦੌਰੇ ਤੇ ਗਏ ਸੀ ਜੀ ਤੇ ਉਥੇ ਲਗਾਤਾਰ ਇੱਕ ਜਿਹੜਾ ਭਾਰਤੀ ਏਜੰਸੀਆਂ ਜਿਹੜਾ ਭਾਰਤੀ ਸਰਕਾਰ ਹੈ ਹਾਂਜੀ ਉਹਨੇ ਪਿਛਲੇ 30 ਸਾਲਾਂ ਤੋਂ ਕੈਨੇਡਾ 'ਚ ਜਿਹੜੇ ਵੱਸਦੇ ਸਿੱਖ ਹੈ ਜੀ ਉਹਨਾਂ ਨੂੰ ਖਤਰਨਾਕ ਅਤਵਾਦੀਆਂ ਦਾ ਦਰਜਾ ਜਿਹੜਾ ਦਿੱਤਾ ਹੋਇਆ ਹੈ ਹਾਂਜੀ ਉਹ ਲਗਾਤਾਰ ਭਾਰਤ ਸਰਕਾਰ ਦੀ ਜਿਹੜੀ ਹੈ ਕਿਉਂਕਿ ਪੰਜਾਬ ਤੋਂ ਬਾਅਦ ਜੇ ਸਭ ਤੋਂ ਜ਼ਿਆਦਾ ਸਿੱਖ ਜਿਹੜੇ ਹੈ ਵਸਦੇ ਉਹ ਕੈਨੇਡਾ 'ਚ ਵਸਦੇ ਆ ਹਾਂਜੀ ਸੋ ਉਹ ਲਗਾਤਾਰ ਕੈਨੇਡਾ ਨੂੰ ਇਸ ਗੱਲ ਦੇ ਉੱਤੇ ਕਾਰਨਰ ਕਰਦੇ ਆ ਕਿ ਕੈਨੇਡਾ ਵਿੱਚ ਵਸਦੇ ਸਿੱਖ ਜਿਹੜੇ ਆ ਉਹ ਪੰਜਾਬ ਦੇ ਵਿੱਚ ਅੱਤਵਾਦ ਫਲਾ ਰਹੇ ਆ ਸੋ ਇਹ ਲਗਾਤਾਰ ਉਹਨਾਂ ਨੇ ਹਾਰਪਰ ਨੂੰ ਇਸ ਗੱਲ ਦੇ ਉੱਤੇ ਪੁੱਛਿਆ ਜੀ ਔਰ ਆਖਿਰ ਦੇ ਵਿੱਚ ਬੰਗਲੌਰ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਹਾਰਪਰ ਆ ਉਹਨੇ ਜਵਾਬ ਦਿੱਤਾ ਇਸ ਗੱਲ ਦਾ ਹਾਂਜੀ ਔਰ ਖੁੱਲੇ ਆਮ ਜਵਾਬ ਦਿੱਤਾ ਉਹਨੇ ਇਸ ਗੱਲ ਦਾ ਸਾਥ ਦਿੱਤਾ ਕਿ ਸਿੱਖ ਕੌਮ ਦਾ ਸ਼ਾਂਤਮਈ ਤਰੀਕੇ ਨਾਲ ਹਾਲਿਸਤਾਨ ਬਾਰੇ ਗੱਲ ਕਰਨਾ ਜੀ ਜਿਹੜਾ ਉਹਨਾਂ ਦਾ ਹੱਕ ਹੈ ਸੋ ਅਸੀਂ ਇਹ ਹੱਕ ਜਿਹੜਾ ਹੈ ਆਪਣੇ ਕੈਨੇਡੀਅਨ ਵਿੱਚ ਵਸਦੇ ਸਿੱਖਾਂ ਤੋਂ ਵਾਪਸ ਨਹੀਂ ਲੈ ਸਕਦੇ ਕਿਉਂਕਿ ਇਹ ਉਹਨਾਂ ਦੀ ਫਰੀडम ਆਫ ਸਪੀਚ ਹੈ ਤੇ ਇਸ ਨੂੰ ਤੁਸੀਂ ਹਿੰਸਾ ਦੇ ਨਾਲ ਜਾਂ ਅਤਵਾਦੀਆਂ ਗਤੀਆਂ ਦੇ ਨਾਲ ਨਹੀਂ ਗਤਵਿਧੀਆਂ ਦੇ ਨਾਲ ਨਹੀਂ ਮਿਲਾ ਸਕਦੇ ਹਾਂਜੀ ਸੋ ਇਸ ਸਟੇਟਮੈਂਟ ਨੂੰ ਹਾਰਪਰ ਦੀ ਔਰ ਕੈਨੇਡੀਅਨ ਜਿਹੜੀ ਵੈਲਿਊਜ਼ ਐ ਮਨੁੱਖੀ ਅਧਿਕਾਰਾਂ ਦੀਆਂ ਕਿਉਂਕਿ ਸਭ ਤੋਂ ਫੋਰਫਰੰਟ ਦੇ ਉੱਤੇ ਐ ਇਸ ਵਕਤ ਕੈਨੇਡਾ ਮਨੁੱਖੀ ਅਧਿਕਾਰਾਂ ਦਾ ਜਿੱਥੇ ਉਲੰਘਣਾ ਹੁੰਦੀ ਐ ਉੱਥੇ ਕੈਨੇਡਾ ਜਿਹੜਾ ਸਭ ਤੋਂ ਮੋਹਰੇ ਖੜਦਾ ਐ ਕਿ ਉੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾ ਹੋਵੇ ਚਾਹੇ ਉਹ ਹੁਣ ਰਸ਼ੀਆ ਦੇ ਖਿਲਾਫ ਆਵਾਜ਼ ਚੁੱਕ ਰਿਹਾ ਚਾਹੇ ਚਾਈਨਾ ਦੇ ਖਿਲਾਫ ਆਵਾਜ਼ ਚੁੱਕ ਰਿਹਾ ਹਾਂਜੀ ਸਾਡਾ ਪਟੀਸ਼ਨ ਜਿਹੜੀ ਪਾਉਣ ਦਾ ਮਕਸਦ ਹੈ ਔਰ ਜੋ ਪਟੀਸ਼ਨ ਚ ਲਿਖਿਆ ਗਿਆ ਉਹ ਇਹ ਹੈ ਕਿ ਜਦੋਂ ਮੋਦੀ ਕੈਨੇਡਾ ਦੇ ਦੌਰੇ ਉੱਤੇ ਆਏ ਤੇ ਪ੍ਰਧਾਨ ਮੰਤਰੀ ਹਾਰਪਰ ਹਾਂਜੀ ਉਸ ਮੋਦੀ ਨੂੰ ਇਹ ਕਹੇ ਕਿ ਸਿੱਖਾਂ ਦਾ ਵੀ ਖੁਦਮੁਖਤਿਆਰੀ ਦਾ ਹੱਕ ਹੈ ਹਾਂਜੀ ਉਸ ਨੂੰ ਮਾਨਤਾ ਦਿੱਤੀ ਜਾਏ ਜੀ ਔਰ ਭਾਰਤੀ ਕਬਜ਼ੇ ਵਿਚਲੇ ਪੰਜਾਬ ਦੇ ਵਿੱਚ ਰੈਫਰੈਂਡਮ رائے شمਾਰੀ ਕਰਾਈ ਜਾਏ ਤਾਂ ਕਿ ਜੋ ਇੱਕ ਅਲੱਗ ਸਿੱਖ ਰਾਜ ਖਾਲਸਤਾਨ ਦਾ ਜਿਹੜਾ ਉੱਥੇ ਗਠਨ ਹੋ ਸਕੇ ਸੋ ਮੁੱਖ ਮਕਸਦ ਜਿਹੜਾ ਪਟੀਸ਼ਨ ਦਾ ਹੈ ਉਹ ਇਸ ਗੱਲ ਦੇ ਉੱਤੇ ਮਾਨਤਾ ਦਿਵਾਉਣਾ ਹੈ ਕਿ ਸਿੱਖ ਕੌਮ ਦਾ ਲੱਗ ਸਿੱਖ ਰਾਜ ਲੈਣਾ ਤੇ ਖੁਦ ਮੁਖਤਿਆਰੀ ਦਾ ਜਿਹੜਾ ਉਹਨਾਂ ਦਾ ਹੱਕ ਹੈ ਉਹਦੇ ਉੱਤੇ ਜਿਹੜੀ ਹੈ ਉਹ ਗੱਲ ਹੋ ਸਕੇ ਜੀ ਬਿਲਕੁਲ ਅਮੇ ਵੀ ਜੀ ਐਸ ਯੂ ਨੋ ਕਿ ਜਿਸ ਤਰ੍ਹਾਂ ਸਵੇ ਟਵੀ 84 ਕੈਨੇਡਾ ਦੇ ਵੈਲਫੈਰ ਤੇ ਚੈਨਲ 2 2332 ਤੇ ਆਈ ਪੀਪਲ ਆ ਵਾਚਿੰਗ ਯੂ ਲਾਈਵ ਰਾਈਟ ਨਾਉ ਐਂਡ ਸੋ ਦੱਸੋ ਸਿ 4 ਪੁਆਇੰਟ ਕਿਤਨੇ ਹਾਊ ਯੂ ਗੋਇੰ ਬ੍ਰਿੰਗ ਅਵੇਰਨੈਸ ਟੂ ਸਿੱਖ ਕਮਿਊਨਿਟੀ ਇਨ ਆਫ ਕੌਰਸ ਕੈਨੇਡਾ ਐਂਡ ਸੋ ਦੇ ਕੁੱਡ ਸਾਈਨ ਅ ਪੈਟੀਸ਼ਨ ਕੈਨ ਯੂ ਟੈਲ ਅਸ ਬਾਟਸ 4 ਪੁਆਇੰਟਸ ਵਾਟ ਆਰ ਯੂ ਗੋਇੰ ਡੂ ਓਨ ਦੋਸ 3 ਡੇ ਪ੍ਰੋਗਰਾਮ ਇਹ ਉਲਿੱਕਿਆ ਹੈ ਕਿ ਜਿਵੇਂ ਕਿ ਮੋਦੀ ਦਾ ਦੌਰਾ ਜਦੋਂ ਅਮਰੀਕਾ ਚ ਪਹੁੰਚਿਆ ਸੀ ਚਾਹੇ ਉਸ ਦਾ ਪਹਿਲਾ ਦਿਹਾੜਾ ਸੀਗਾ 에ਅਰਪੋਰਟ ਤੋਂ ਨਿਊਯਾਰਕ ਚ ਪਹੁੰਚਣਾ ਤੇ ਉਹਦੇ ਖਿਲਾਫ ਜਿਹੜੇ ਹੈ ਇਕੱਠੇ ਕੀਤੇ ਗਏ ਸੀ ਜੀ ਫਿਰ ਮੈਡੀਸਨ ਸਕੁਆਇਰ ਗਾਰਡਨ ਚ ਕੀਤੇ ਗਏ ਸੀ ਵਾਸ਼ਿੰਗਟਨ ਡੀਸੀ ਚ ਕੀਤੇ ਗਏ ਸੀ ਔਰ ਪਟੀਸ਼ਨ ਵੀ ਪਾਈ ਗਈ ਸੀ ਹਾਂਜੀ ਔਰ ਇਹੀ ਤਰੀਕਾਕਾਰ ਅਸੀਂ ਕੈਨੇਡਾ ਦੇ ਵਿੱਚ ਜਿਹੜਾ ਹੈ ਲੋਕਤੰਤਰਕ ਤਰੀਕੇ ਨਾਲ ਵਰਤਾਂਗੇ ਜੀ ਔਰ ਉਹਦੇ ਲਈ ਸਭ ਤੋਂ ਪਹਿਲਾਂ ਜਿਹੜਾ ਹੈ ਇੱਕ ਅਪ੍ਰੈਲ 4 ਨੂੰ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਰੈਫਰੈਂਡਮ ਕਾਨਫਰੰਸ ਕਰਵਾਈ ਜਾ ਰਹੀ ਹੈ ਹਾਂਜੀ ਮੂਨਲਾਈਟ ਕਨਵੈਨਸ਼ਨ ਸੈਂਟਰ ਦੇ ਵਿੱਚ ਸ਼ਾਮ ਨੂੰ 6 ਤੋਂ 8 ਵਜੇ ਹਾਂਜੀ ਔਰ ਇਸੇ ਤਰੀਕੇ ਨਾਲ ਜਿਹੜੀ ਪਟੀਸ਼ਨ ਹੈ ਜੋ ਪ੍ਰਧਾਨ ਮੰਤਰੀ ਹਾਰਪਰ ਨੂੰ ਪਾਈ ਜਾ ਰਹੀ ਹੈ ਉਹ 6 ਅਪ੍ਰੈਲ ਨੂੰ ਜਿਹੜੀ ਹੈ ਉਹ ਆਟਵਾ ਪ੍ਰਧਾਨ ਮੰਤਰੀ ਆਫਿਸ ਦੇ ਵਿੱਚ ਪਾਈ ਜਾਏਗੀ ਰੈਫਰੈਂਡਮ ਪਟੀਸ਼ਨ ਜਿਦੇ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਰੈਫਰੈਂਡਮ ਕਰਵਾਇਆ ਜਾਏ ਤਾਂ ਕਿ ਜੋ ਇੱਕ ਅਲੱਗ ਸਿੱਖ ਰਾਜ ਖਾਲਿਸਤਾਨ ਦਾ ਗਠਨ ਜਿਹੜਾ ਹੈ ਉਹ ਹੋ ਸਕੇ ਔਰ ਤੀਸਰਾ ਹਿੱਸਾ ਜਿਹੜਾ ਹੈ ਉਹ ਹੈ ਜਿੱਥੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਹਾਂਜੀ ਪਹੁੰਚੇਗਾ ਜੀ ਉੱਥੇ ਗੁਰਨਾਨਕ ਨਾਮ ਲੇਵਾ ਸਿੱਖ ਕੌਮ ਜੋ ਮੋਦੀ ਦੇ ਹੱਥ ਇੱਕ ਘਟਗਿੰਤੀ ਵਾਲਿਆਂ ਦੇ ਖੂਨ ਨਾਲ ਲਿਬੜੇ ਹੋਏ ਆ ਜੀ ਔਰ ਜਿਸ ਨੂੰ ਈਵਨ ਕੈਨੇਡਾ ਨੇ 12 ਸਾਲ ਦੇਸ਼ ਵਿੱਚ ਨਹੀਂ ਆਉਣ ਦਿੱਤਾ ਹਾਂਜੀ ਉਸ ਦੇ ਖਿਲਾਫ ਸ਼ਾਂਤਮਈ ਔਰ ਲੋਕਤੰਤਰਿਕ ਤਰੀਕੇ ਦੇ ਨਾਲ ਰੈਫਰੈਂਡਮ ਰੈਲੀਆਂ ਜਿਹੜੀਆਂ ਜੇ ਹੋ ਟੋਰਾਂਟੋ ਪਹੁੰਚੇਗਾ ਤੇ ਟੋਰਾਂਟੋ ਹੋਣਗੀਆਂ ਜੇ ਆਟਵਾ ਜਾਏਗਾ ਤਾਂ ਆਟਵਾ ਹੋਣਗੀਆਂ ਔਰ ਜੇ ਵੈਂਕੂਵਰ ਪਹੁੰਚੇਗਾ ਤੇ ਵੈਂਕੂਵਰ ਜੜੀਆਂ ਉਹ ਰੈਲੀਜ਼ ਹੋਣਗੀਆਂ ਔਰ ਸਿੱਖ ਕੌਮ ਇਸ ਮੋਦੀ ਦਾ ਜਿਹਦੇ ਉੱਤੇ ਇਲਜ਼ਾਮ ਲੱਗਦਾ ਔਰ ਜਿਸ ਨੇ ਆਪਣੇ ਹੱਥੀਂ ਇੱਕ ਕੌਮ ਦਾ ਘਟ ਗਿਣਤੀਆਂ ਵਾਲਿਆਂ ਦਾ ਕਤਲ ਕਰਵਾਇਆ ਉਹਦੇ ਖਿਲਾਫ ਜਿਹੜੀ ਹੈ ਉਹ ਇੱਕ ਮੁੱਠੋ ਕੇ ਖੜੇਗੀ ਜੀ ਬਿਲਕੁਲ ਤੇ ਡਾਕਟਰ ਅਮਨ ਸੇ ਜਿਸਾ 6 ਫਰਜੋਸਿਨੇਟ ਬਹੁਤ ਚੰਗਾ ਉਪਰਾਲਾ ਕੀਤਾ ਹੈ ਕੀ ਤੁਸੀਂ ਇਸ ਦੇ ਵਿੱਚ ਕੁਝ ਐਡ ਕਰਨਾ ਚਾਹੋਗੇ ਨਹੀਂ ਦੇਖੋ ਕੈਨੇਡਾ ਦਾ ਇੱਕ ਆਪਣਾ ਬੜਾ ਅੱਛਾ ਟਰੈਕ ਰੈਕਡ ਰਿ ਹੈ ਹਿਊਮਨ ਰਾਈਟਸ ਦੇ ਮਾਮਲੇ ਜੀ ਔਰ ਈਵਨ ਜਨਾਜ਼ਮਾਨਿਆਂ ਚ ਮਾਈਂਡਸ ਜਿਹਦੇ ਨਾਲ ਹਜ਼ਾਰਾਂ ਬੱਚੇ ਜਿਹੜੇ ਨੇ ਉਹ ਬਾਹ ਲਾਤ ਉਹਨਾਂ ਦੀ ਜਾਂਦੀ ਹੈ ਹਾਂਜੀ ਉਹ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ ਇਸ ਪਲੈਨਟ ਤੋਂ ਖਤਮ ਹੋਣੀਆਂ ਚਾਹੀਦੀਆਂ ਉਹਦੇ ਵੀ ਫੋਰਫਰੰਟ ਚ ਜਿਹੜੀ ਹੈ ਇਹ ਜਦੋਂ ਕੋਈ ਡਾਇਨਾ ਨੇ ਲ lobby ਕੀਤੀ ਤਾਂ ਕੈਨੇਡਾ ਸਭ ਤੋਂ ਅੱਗੇ ਸੀ ਹੋਰ ਵੀ ਬਹੁਤ ਸਾਰੇ ਇਸ਼ੂ ਨੇ ਜੀ ਪਰ ਅਸੀਂ ਦੇਖ ਰਹੇ ਹਾਂ ਵੀ ਜਿਹੜੀ ਚੇਂਜ ਵੈਸਟ ਦੇ ਵਿੱਚ ਹੋਈ ਅਮਰੀਕਾ ਜਿਵੇਂ ਬੁਸ਼ ਦੇ ਐਡਮਿਨਿਸਟ੍ਰੇਸ਼ਨ ਦੇ ਵੇਲੇ ਟੂਵਰਡਸ ਇੰਡੀਆ ਚੁੱਕਿਆ ਹਿਊਮਨ ਰਾਈਟਸ ਰੈਕੋਰਡ ਨੂੰ ਇਗਨੋਰ ਕਰਕੇ ਜੀ ਕੈਨੇਡਾ 'ਚ ਵੀ ਸਟੀਫਨ ਹਾਰਪਰ ਦੇ ਆਉਣ ਤੋਂ ਬਾਅਦ ਅਸੀਂ ਉਹ ਤਬਦੀਲੀ ਦੇਖਦੇ ਹਾਂ ਜਿਸ ਤਰੀਕੇ ਨਾਲ ਇਹਨਾਂ ਦੀਆਂ ਪਾਲਿਸਿਸ ਜਿਹੜੀਆਂ ਨੇ ਉਹ ਟੂਵਰਡਸ ਅਮਰੀਕਾ ਜਿਹੜੀ ਹੈ ਹਾਰਡ ਲਾਈਨ ਜਿਹੜੀ ਰਿਪਬਲਿਕਨ ਵਿਚਾਰਤਾ ਆ ਰਿਹਾ ਉਹਦੇ ਵੱਲ ਚੁੱਕੀਆਂ ਨੇ ਇਹ ਇੱਕ ਦੁੱਖ ਦੀ ਵੀ ਗੱਲ ਹੈ ਅਫਸੋਸ ਦੀ ਵੀ ਗੱਲ ਹੈ ਔਰ ਜਿਵੇਂ ਪੰਨੂ ਸਾਹਿਬ ਨੇ ਦੱਸਿਆ ਹੈ ਵੀ ਕੈਨੇਡਾ ਦੇ ਵਿੱਚ ਪਰਸੈਂਟੇਜ ਵਾਈਜ਼ ਸਿੱਖ ਜਿਹੜੇ ਨੇ ਭਾਰਤ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜਾ ਉਹ ਪਰਸੈਂਟੇਜ ਹੈ ਉਹਨਾਂ ਦੀ ਔਰ 100 ਸਾਲ ਪਹਿਲਾਂ ਸਿੱਖ ਆਏ ਨੇ ਔਰ ਕੈਨੇਡਾ ਦੀ ਕਪਣੀ ਟਰੈਡੀਸ਼ਨ ਹੈ ਟੋਲਰੈਂਸ ਦੀ ਔਰ ਇਹੀ ਕਾਰਨ ਹੈ ਕਿ ਕਿਊਬੈਕ ਜਿਹੜਾ ਉਹਦਾ ਸੂਬਾ ਜਿਨ੍ਹਾਂ ਨੇ Uh, UN ਚਾਰਟਰ ਦੇ ਥੱਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਿਆ ਕੈਨੇਡਾ ਚ ਦੋ ਵਾਰ 1980 ਦੇ ਵਿੱਚ 1995 ਦੇ ਵਿੱਚ ਕਿਊਬੈਕ ਦੇ ਲੋਕਾਂ ਨੂੰ ਇਹ ਹੱਕ ਮਿਲਿਆ ਕਿ ਵੀ ਉਹ ਡਿਸਾਈਡ ਕਰਨ ਕਿ ਉਹਨਾਂ ਨੇ ਮੀਨਲੈਂਡ ਕੈਨੇਡਾ ਦੇ ਨਾਲ ਰਹਿਣਾ ਜਾਂ ਉਹਨਾਂ ਨੇ ਅੱਡ ਦੇਸ਼ ਬਣਾਣਾ ਹਾਲਾਂਕਿ ਦੋਨੋਂ ਵਾਰ ਇਹ ਜਿਹੜਾ ਉਹਨਾਂ ਨੇ ਕਿਊਬੈਕ ਦੇ ਲੋਕਾਂ ਨੇ ਕੈਨੇਡਾ ਦੇ ਨਾਲ ਰਹਿਣ ਦਾ ਫੈਸਲਾ ਕੀਤਾ ਸੋ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਇਹਦੇ باوجود ਕਿ ਇੰਡੀਅਨ ਗਵਰਨਮੈਂਟ ਨੇ ਕੈਨੇਡਾ ਚ ਸਿੱਖਾਂ ਨੂੰ ਬਦਨਾਮ ਕਰਨ ਲਈ 에ਅਰ ਇੰਡੀਆ ਵਰਗਾ ਹਾਦਸਾ ਕਰਵਾਇਆ ਹਾਂਜੀ ਔਰ ਫਿਰ ਉਹਦੀ ਆੜ ਦੇ ਵਿੱਚ ਲਗਾਤਾਰਤਾ ਨਾਲ ਕੈਨੇਡਾ ਦੇ ਉੱਤੇ ਪ੍ਰੈਸ਼ਰ ਰੱਖਿਆ ਕਿ ਜੀ ਤੁਹਾਡੇ ਪ੍ਰੋਟੈਸਟ ਦੇ ਵਿੱਚ ਹਾਰਿਸਤਾਨ ਦੇ ਨਾਰੇ ਨਾ ਲੱਗਣ ਉਹਨਾਂ ਦੇ ਜਿਹੜੀ ਪਿੰਡਾਂ ਵਾਲਿਆਂ ਦੀਆਂ ਜਾਂ ਦੂਸਰੀਆਂ ਦੀਆਂ ਪਿਕਚਰਸ ਨਾ ਲੱਗਣ ਪਰ ਕੈਨੇਡੀਅਨ ਗਵਰਨਮੈਂਟ ਨੇ ਔਰ ਇਹ ਹਾਰਪਰ ਦੇ ਵੀ ਕ੍ਰੈਡਿਟਸ ਜਾਂਦਾ ਹੈ ਕਿ 2012 ਚ ਜਦੋਂ ਉਹ ਭਾਰਤ ਦੇ ਦੌਰੇ ਤੇ ਗਿਆ ਦੋ ਤਿੰਨ ਦੋਕ ਦਿਨ ਤਾਂ ਚੁੱਪ ਰਿਹਾ ਜਦੋਂ ਬਾਰ ਬਾਰ ਉਹਨੂੰ ਪੁੱਛਿਆ ਗਿਆ ਜੀ ਤੁਸੀਂ ਕਿਉਂ ਨਹੀਂ ਕਰਦੇ ਔਰ ਜਿਹੜਾ ਉੱਥੋਂ ਅਤਵਾਦ ਫੈਲ ਰਿਹਾ ਔਰ ਖਾਲਿਸਤਾਨ ਦੇ ਨਾਲ ਜਿਹੜਾ ਪਾਬੰਦੀ ਹੋਣੀ ਚਾਹੀਦੀ ਬਟ ਫਿਰ ਬੰਗਲੌਰ ਚ ਖਲੋ ਗਏ ਉਹਨੇ ਕਿਹਾ ਉਹਨੇ ਕਿਹਾ ਜੀ ਤੁਹਾਡਾ ਕਨਸਟੀਟਿਊਸ਼ਨ ਇੱਥੇ ਕੀ ਕਹਿੰਦਾ ਇਹ ਮੈਨੂੰ ਨਹੀਂ ਪਤਾ ਪਰ ਕੈਨੇਡਾ ਦੇ ਚਾਰਟਰ ਆਫ ਰਾਈਟਸ ਦੇ ਥੱਲੇ ਅਸੀਂ ਕਿਸੇ ਨੂੰ ਵੀ पीसफुली अपने देश दी मांग ਕਰਨ ਤੋਂ ਰੋਕ ਨਹੀਂ ਸਕਦੇ ਸੋ ਮੈਂ ਸਮਝਦਾ ਹਾਂ ਕਿ ਇਸ ਬੈਕਗਰਾਉਂਡ ਦੇ ਵਿੱਚ ਜਿਸ ਤਰੀਕੇ ਨਾਲ 6 फॉर ਜਸਟਿਸ ਨੇ ਅਪਰੋਚ ਕੀਤਾ ਹੈ ਪੈਟੀਸ਼ਨ ਵੜਾ ਹਾਂਜੀ ਇਹ ਲੀਸਟ ਐਕਸਪੈਂਸਿਵ ਐਂਡ ਸਟਿਲ ਵੈਰੀ ਇਫੈਕਟਿਵ ਮੇਸਚਰ ਹੈ ਅਮਰੀਕਾ ਜਿਸੀਂ ਦੇਖਿਆ ਹੈ ਕਿ ਵੀ ਕਿਵੇਂ ਉਦੋਂ ਕ੍ਰਿਟਿਕ ਵੀ ਸਨ ਕਿ ਜੀ ਕੀ ਨਿਕਲਦਾ ਹੈ ਪੈਟੀਸ਼ਨਾਂ ਚੋਂ ਫਿਰ ਅਸੀਂ ਦੇਖਦੇ ਹਾਂ ਬਿਕ ਕੇ ਮੇ ਰਿਕੋਰਡ ਟਾਈਮ ਸਵਾਲਾਂਖ ਦਸਕਤ ਹੁੰਦੇ ਨੇ ਪ੍ਰੈਜ਼ੀਡੈਂਟ ਓਮਾਮਾ ਦਿੱਲੀ ਸਪੀਚ ਮੈਂਸ਼ਨ ਕਰਦਾ ਹੈ ਬ੍ਰੈਕਫਾਸਟ ਪ੍ਰੇਅਰਸ ਮੈਂਸ਼ਨ ਕਰਦੇ ਫਿਰ 1 ਟੂ 1 ਰਿਸਪੌਂਡ ਵੀ ਕਰਦੇ ਕੈਨੇਡਾ ਚ ਤਾਂ ਰਾਦਰ ਕੋਈ ਫਿਗਰ ਨਹੀਂ ਹੈ ਵੀ ਜਿਹੜੀ ਟੱਚ ਕਰਨੀ ਹੈ ਇਹ ਠੀਕ ਹੈ ਵੀ ਕੈਨੇਡਾ ਦੀ ਇਸ ਪੈਟੀਸ਼ਨ ਚ ਕੈਨੇਡਾ ਦੇ ਸਿੱਖ ਜਿਹੜੇ ਨੇ ਉਹ ਦਸਕਤ ਕਰਨਗੇ ਪਰ ਕੈਨੇਡਾ ਚ ਸਾਡਾ ਇੱਕ ਬਿਗ ਨੰਬਰ ਹੈ ਔਰ ਅਸੀਂ ਅੱਜ ਜਿਵੇਂ ਤੁਸੀਂ ਦੱਸਿਆ ਕਿ ਬੈਲ 52332 ਚੈਨਲ ਰਹੀਂ ਅਸੀਂ ਸਾਰਾ ਹੀ ਜਿਹੜਾ ਆਟਵਾ ਔਰ ਇਹ ਸਾਰਾ ਕਿਊਬਿਕ ਪ੍ਰੋਵਿੰਸ ਹੈ ਇਹ ਕਵਰ ਹੁੰਦਾ ਹੈ ਹਾਂਜੀ ਸੋ ਅਸੀਂ ਇਹੀ ਜਿਹੜੀ ਬੇਨਤੀ ਕਰਾਂਗੇ ਸਿੱਖ ਸੰਗਤਾਂ ਨੂੰ ਕਿ ਇੱਕ ਪਾਸੇ ਜਿੱਥੇ ਉਹ ਪੈਟੀਸ਼ਨਸ ਦੇ ਪੈਟੀਸ਼ਨ ਦੇ ਉੱਤੇ ਦਸਖਤ ਕਰਨ ਉੱਥੇ ਜਿਹੜੇ ਪ੍ਰੋਗਰਾਮ ਇਸ ਦੌਰਾਨ ਦਿੱਤੇ ਜਾਣਗੇ ਜਿਨ੍ਹਾਂ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਕਿ ਪਹਿਲਾਂ ਰੈਲੀ ਹੈ ਹਾਂਜੀ। ਔਰ ਉਸ ਤੋਂ ਬਾਅਦ ਜਿੱਥੇ ਜਿੱਥੇ ਉਹਨੇ ਜਾਣਾ ਉਹਦੇ ਉੱਤੇ ਪ੍ਰੋਟੈਸਟ ਨੇ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਟ ਕਰਨ ਕਿਉਂਕਿ ਇਹ ਸ਼ਾਇਦ ਜਿਸ ਤਰੀਕੇ ਦੇ ਨਾਲ ਇਹ ਠੀਕ ਹੈ ਪਾਰਟ ਦੇ ਵਿੱਚ 크ਰਿਸਚੀਅਨ ਸਿੱਖਾਂ ਨਾਲੋਂ ਜ਼ਿਆਦਾ ਨਹੀਂ ਮੁਸਲਮਾਨ ਤਾਂ 160 ਬਿਲੀਅਨ ਨੇ ਪਰ ਇਹ ਗੁਰੂ ਨੇ ਖਾਲਸੇ ਨੂੰ ਹੀ ਲੀਡਰਸ਼ਿਪ ਦਿੱਤੀ ਹੋਈ ਹੈ ਕਿ ਅਸੀਂ ਜ਼ੁਲਮ ਦੇ ਅਗੇਂਸਟ ਖਲੋਣੇ ਔਰ ਉਹਦਾ ਹੀ ਨਤੀਜਾ ਹੈ ਕਿ ਜਿਹੜੀ ਸਿੱਖ ਆਵਾਜ਼ ਹੈ ਉਹ ਵੋਕਲ ਆਵਾਜ਼ ਬਣੀ ਪ੍ਰੈਜ਼ੀਡੈਂਟ ਓਬਾਮਾ ਨੇ ਉਹਨੂੰ ਰਿਸਪੌਂਡ ਕੀਤਾ। ਔਰ ਹੁਣ ਜੇ ਉਹਨਾਂ ਨੇ ਲੱਭਿਆ ਕਿ ਜੀ ਕੈਨੇਡਾ ਚ ਜਾ ਕੇ ਉਹ ਆਪਣਾ ਕੋਈ ਮਿਸ ਇਨਫਰਮੇਸ਼ਨ ਔਰ ਦੂਸਰਾ ਕਰੇ ਤਾਂ ਮੈਂ ਸਮਝਦਾ ਹਾਂ ਵੀ ਕੈਨੇਡਾ ਚ ਜਿੱਥੇ ਸਿੱਖਾਂ ਨੇ ਪਿਛਲੇ 30 ਸਾਲ ਚ ਲਗਾਤਾਰਤਾ ਦੇ ਨਾਲ ਆਜ਼ਾਦੀ ਦੇ ਝੰਡੇ ਨੂੰ ਚੁੱਕੀ ਰੱਖਿਆ ਹੈ ਏਅਰ ਇੰਡੀਆ ਦੇ ਉਸ ਕੰਡੈਮਨੇਬਲ ਐਕਟ ਦੇ ਬਾਵਜੂਦ ਜਿਹੜਾ ਹੈ ਭਾਰਤੀ ਖੁਫੀਆ ਏਜੰਸੀਆਂ ਨੇ ਕੀਤਾ ਸਿੱਖ ਯੰਗਸਟਰਸ ਖਾਸ ਤੌਰ ਤੇ ਉੱਥੇ ਜਿਹੜੇ ਨੇ ਐਕਟਿਵ ਨੇ ਆਪਣੀ ਆਜ਼ਾਦੀ ਦੀ ਲੜਾਈ ਦੇ ਵਿੱਚ ਔਰ ਮੈਂ ਸਮਝਦਾ ਹੈ ਕਿ ਇਹ ਡੈਮੋਕਰੇਸੀ ਦੇ ਵਿੱਚ ਕੈਨੇਡਾ ਵਰਗੇ ਮੁਲਕ ਦੇ ਵਿੱਚ ਇਹ ਇੱਕ ਰਾਈਟ ਅਪਰੋਚ ਹੈ ਰਾਈਟ ਵੇ ਹੈ UN ਚਾਰਟਰ ਦੇ ਥੱਲੇ ਜਿਵੇਂ ਅਸੀਂ ਅਕਸਰ ਡਿਸਕਸ ਕਰਦੇ ਹਾਂ ਕਿ ਪਿਛਲੇ ਪੀਰੀਅਡ ਦੇ ਵਿੱਚ ਇਸ ਤੈਮੂਰ ਦੇ ਵਿੱਚ ਹੋਇਆ ਸਾਊਥ Sudan ਚ ਪ੍ਰੈਬਿਸਾਈਟ ਹੋਇਆ ਸਕਾਟਲੈਂਡ ਦੇ ਵਿੱਚ 400 ਸਾਲ ਦੀ ਯੂਨੀਅਨ ਚੈਲੰਜ ਹੋਈ ਹੈ ਔਰ ਆਲਰੇਡੀ ਇਹ ਜਿਹੜੀ ਡਿਮਾਂਡ ਹੈ ਔਰ ਈਵਨ ਸਕਾਟਲੈਂਡ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਮਈ 7 ਨੂੰ ਚੋਣਾਂ ਨੇ ਇੰਗਲੈਂਡ ਦੇ ਵਿੱਚ ਆਲਰੇਡੀ ਜਿਹੜੀ ਸਕਾਟਿਸਟ ਜਿਹੜੀ ਨੈਸ਼ਨਲਿਸਟ ਪਾਰਟੀ ਹੈ ਉਦੇ ਵੱਲੋਂ ਜਿੰਨੀਆਂ 35-40 ਸੀਟਾਂ ਸਕਾਟਲੈਂਡ 'ਚ ਉਹਨਾਂ ਨੇ ਲੇਬਰ ਪਾਰਟੀ ਦੀਆਂ ਖੋਹ ਲੈਣੀਆਂ ਔਰ ਈਵਨ ਇਹ ਸਾਰੀ ਜਿਹੜੀ ਬੈਕਗ੍ਰਾਉਂਡ ਦੇ ਵਿੱਚ ਜੋ ਵੀ ਮੰਗ ਕੀਤੀ ਜਾ ਰਹੀ ਹੈ ਵੈਲ ਵਿਦਨ ਦਾ ਲਾਅ ਹੈ ਔਰ ਕਿਸੇ ਕਿਸਮ ਦਾ ਵੀ ਡਰ ਪੈ ਔਰ ਜਿਹੜੀ ਮਿਸ ਇਨਫੋਰਮੇਸ਼ਨ ਕੈਂਪੇਨ ਕਿਵੇਂ ਇੰਡੀਅਨਜ਼ ਰਨ ਕਰਦੇ ਨੇ ਕਿ ਸੀ 51 ਜਿਹੜੀ ਲੈਜਿਸਲੇਚਰ ਪਾਰਲੀਮੈਂਟ ਦੇ ਸਾਹਮਣੇ ਹੈ ਜਿਹਨੇ ਪਾਸ ਹੋ ਜਾਣਾ ਕਿਉਂਕਿ ਕੈਨੇਡਾ ਦਾ ਆਪਣਾ ਇੱਕ ਫੀਅਰ ਹੈ ਜਿਸ ਤਰੀਕੇ ਨਾਲ ਪਾਰਲੀਮੈਂਟ ਤੇ ਅਟੈਕ ਹੋਇਆ ਹੈ ਦੂਸਰਾ ਹੋਇਆ ਔਰ ਉਹਨਾਂ ਨੂੰ ਡਿਫੈਂਡ ਵੀ ਕਰਨਾ ਚਾਹੀਦਾ ਹੈ ਦੇ ਉਹ ਜਿਹੜਾ ਆਪਣੇ ਉਹਨਾਂ ਦਾ ਹੱਕ ਬਣਦਾ ਹੈ ਆਪਣੇ ਸਿਟੀਜ਼ਨਸ ਨੂੰ ਸਿਕਿਉਰਿਟੀ ਦੇਣ ਲੇਕਿਨ ਇਦੀ ਆਰਟ ਚ ਜਿਸ ਤਰੀਕੇ ਨਾਲ ਕਿ ਮਿਸ ਇਨਫਾਰਮੇਸ਼ਨ ਕੈਂਪੇਨ ਹੈ ਕਿ ਐਜ਼ ਹਬ ਖਾਲਸਤਾਨ ਵਰਡ ਕਹਣ ਦੀ ਪਾਬੰਦੀ ਲੱਗ ਜਾਏਗੀ ਜਿਵੇਂ ਇਹਨਾਂ ਨੇ ਖੁਦ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਪਾਬੰਦੀ ਲਾਈ ਸੀ ਇੱਕ ਮੋਰਚਾ ਸਿੱਖਾਂ ਨੇ ਉਨੇਸੂ 50ਵੇਂ ਜੇ ਇਸ ਲਈ ਲਾਇਆ ਕਿ ਉਹ ਪਾਬੰਦੀ ਤੋੜਨੀ ਹੈ ਇਹ ਉਹਨਾਂ ਦੀ ਡੈਮੋਕ੍ਰੇਸੀ ਹੈ ਕੈਨੇਡਾ ਦਾ ਚਾਰਟਰ ਆਫ ਰਾਈਟਸ ਹਾਂਜੀ ਅਮਰੀਕਾ ਦੀ ਫਸਟ ਅਮੈਂਡਮੈਂਟ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਇਹਨੇ ਪੀਸਫੁਲ ਮੈਨਰ ਉਹਦਾ ਹੱਕ ਦਿੰਦੀ ਹੈ ਔਰ ਮੈਂ ਸਮਝਦਾ ਹਾਂ ਵੀ ਇਸ ਕਿਸਮ ਦੀ ਕਿਸੇ ਗਲਤ ਜਿਹੜੀ ਉਹਨਾਂ ਦੀ ਪ੍ਰਚਾਰ ਲਾਈਨ ਹੈ ਉਹਦਾ ਸ਼ਿਕਾਰ ਨਾ ਹੋਣ ਖੁੱਲ੍ਹ ਕੇ ਜਿਹੜੀਆਂ ਮੋਦੀ ਵਿਰੋਧੀ ਰੈਲੀਆਂ ਹੋਣਗੀਆਂ ਉਹਦੇ ਚ ਵੀ ਆਣ ਪਟੀਸ਼ਨ ਤੇ ਵੀ ਦਸਖਤ ਕਰਨ ਔਰ ਇਹ ਜਿਹੜਾ ਕੈਨੇਡੀਅਨ ਗਵਰਨਮੈਂਟ ਨੂੰ ਇਹ ਮੈਸੇਜ ਦਿੱਤਾ ਜਾਏ ਕਿ ਭਾਈ ਜਿਹੜਾ ਹੱਕ ਤੁਹਾਡੇ ਸ਼ਹਿਰੀ ਕਯੂਬਿਕ ਦੇ ਵਿੱਚ ਦੋ ਵਾਰ ਲੈ ਚੁੱਕੇ ਨੇ ਪਿਛਲੇ ਤਿੰਨ ਦਾ ਹਾਕਿਆਂ ਦੇ ਵਿੱਚ ਉਹੀ ਹੱਕ ਸਿੱਖ ਮੰਗਦੇ ਨੇ ਕਿਉਂਕਿ ਅਸੀਂ ਸਾਡਾ ਹੋਮਲੈਂਡ ਆ ਜਨਰਲ ਇੰਡੀਅਨ ਆਕੂਪੇਸ਼ਨ ਹੈ ਔਰ ਉਦੀ ਆਜ਼ਾਦੀ ਦਾ ਇੱਕੋ ਇੱਕ ਤਰੀਕਾ ਜਮਹੂਰੀਅਤ ਦੇ ਢੰਗ ਤਰੀਕੇ ਨਾਲ ਡੈਮੋਕ੍ਰੇਟੀ ਕਰੀ ਉਹ ਪਲੇਬਿਸਾਈਟ ਹੈ ਸੋ ਮੈਂ ਸਮਝਦਾ ਹਾਂ ਵੀ ਇਹ ਸਾਡੀ ਇੱਕ ਜੈਨੂਨ ਮੰਗ ਹੈ ਔਰ ਇਹਦੇ ਲਈ ਇੱਕ ਜੈਨੂਨ ਤਰੀਕੇ ਦੇ ਨਾਲ ਕੰਮ ਕੀਤਾ ਜਾਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਤਾਂ ਵੀ ਜੀ ਆਈ ਵੁੱਡ ਲਾਈਕ ਟੂ ਆਸਕ ਕਾਫੀ ਸਾਰੇ ਆਪਣੇ ਪੋਜ਼ਿਟਿਵ ਕ੍ਰਿਟਿਕਸ ਨੇ ਕਾਫੀ ਸਾਰੇ ਨੈਗੇਟਿਵ ਨੇ ਕਾ ਦ ਨੈਗੇਟਿਵ ਕ੍ਰਿਟਿਕ ਆਲਵੇਸ ਸੇ ਯੂ نو ਵਾਟ ਇਨਾ ਪਟੀਸ਼ਨਸ ਦਾ ਕੀ ਫਾਇਦਾ ਹੈ ਵਾਟਸ ਵੀ ਗੋਇੰਗ ਟੂ ਗੇਨ ਫਰਮ ਇਟ ਤੁਸੀਂ ਕੀ ਸਮਝਦੇ ਕਿ ਇਨਾ ਪਟੀਸ਼ਨਸ ਦਾ ਕੀ ਪ੍ਰਭਾਵ ਹੁੰਦੇ ਨੇ ਦੇਖੋ ਅੱਜ ਦੀ ਜੋ ਰਾਜਨੀਤੀ ਹੈ ਹਾਂਜੀ ਜੋ ਅੱਜ ਦੇ ਲੋਕਤੰਤਰਕ ਦੇਸ਼ ਹੈ ਯੂਨਾਈਟਿਡ ਨੇਸ਼ਨਸ ਦੇ ਹਿਸਾਬ ਨਾਲ ਚੱਲਦੇ ਆ ਜੀ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਮੇਨ ਚਾਰਟਰ ਹੈ ਉਹਦੇ ਚ ਲਿਖਿਆ ਹੈ ਕਿ ਹਰ ਇੱਕ ਮਨੁੱਖ ਨੂੰ ਜਿਹੜਾ ਆਰਟੀਕਲ 1 ਹੈ ਸ਼ੁਰੂਆਤ ਉਹਨਾਂ ਨੇ ਇਦਾਂ ਕੀਤੀ ਹੈ ਕਿ ਹਰ ਇੱਕ ਇਨਸਾਨ ਨੂੰ ਖੁਦ ਮੁਖਤਿਆਰੀ ਦਾ ਹੱਕ ਹੈ ਜੀ ਜੇ ਉਹਦੇ ਵਿੱਚ ਸਭ ਤੋਂ ਪਹਿਲਾ ਆਰਟੀਕਲ ਇਹ ਹੈ ਵੀ ਹਰ ਇੱਕ ਨੂੰ ਖੁਦ ਮੁਖਤਿਆਰੀ ਦਾ ਹੱਕ ਹੈ ਔਰ ਕਾਨੂੰਨੀ ਤੌਰ ਤੇ ਤੁਸੀਂ ਲੈ ਸਕਦੇ ਹੋ ਜੀ ਔਰ ਦੁਨੀਆ ਦੇ ਵਿੱਚ ਦੇ ਦੇਸ਼ ਬਣਦੇ ਅੱਜ ਦੀ ਤਰੀਕ 'ਚ ਜਾਂ ਸਰਕਾਰਾਂ ਬਣਦੀਆਂ ਹਾਂਜੀ ਉਹ ਤੁਹਾਡੇ ਸਭਨਾ ਦੇ ਇੱਕ ਯੈਸ ਜਾਂ ਨੋ ਦੇ ਨਾਲ ਬਣਦੇ ਆ ਤੁਹਾਡੀ ਕਲਮ ਦੇ ਨਾਲ ਬਣਦੀ ਹੈ ਜੀ ਜਦੋਂ ਦੇਸ਼ ਦੀ ਸਰਕਾਰ ਬਣਦੀ ਹੈ ਚਾਹੇ ਅਮਰੀਕਾ ਦੀ ਬਣੇ ਤਾਂ ਤੁਸੀਂ ਵੋਟ ਕਰਦੇ ਹੋ ਵੀ ਅਸੀਂ ਵੋਟ ਓਬਾਮਾ ਨੂੰ ਦੇਣੀ ਹੈ ਜਾਂ ਅਸੀਂ ਵੋਟ ਕੈਰੀ ਨੂੰ ਦੇਣੀ ਸੀ ਜੇ ਹੁਣ ਕੈਨੇਡਾ ਦੇ ਵਿੱਚ ਵੋਟ ਪੈਂਦੀ ਹੈ ਤਾਂ ਵੋਟ ਪੈਂਦੀ ਵੀ ਹਾਰਪਰ ਨੂੰ ਦੇਣੀ ਹੈ ਜਾਂ ਉਹਦੇ ਉਲਟ ਖੜੇ ਨੂੰ ਦੇਣੀ ਹੈ ਸੋ ਹਰ ਇੱਕ ਜਗ੍ਹਾ ਦੇ ਉੱਤੇ ਜਿਹੜੇ ਕ੍ਰਿਟਿਕਸ ਵੀ ਆ ਜਾਂ ਜਿਹੜੇ ਸਪੋਰਟ ਕਰਦੇ ਆ ਉਹ ਵੀ ਰੋਜ਼ ਆਪਣਾ ਇਹੀ ਹੱਕ ਜਿਹੜਾ ਐਕਸਰਸਾਈਜ਼ ਕਰਦੇ ਆ ਹਾਂ ਜਾਂ ਨਾ ਜੀ ਇਹੀ ਗੱਲ ਅਸੀਂ ਪਟੀਸ਼ਨ ਦੇ ਵਿੱਚ ਕੌਮ ਦੇ ਕੋਲ ਘਰ ਘਰ ਲਿਜਾਣਾ ਚਾਹੁੰਦੇ ਆ ਕਿ ਸਿੱਖ ਕੌਮ ਦਾ ਆਜ਼ਾਦ ਸਿੱਖ ਰਾਜ ਖਾਲਿਸਤਾਨ ਦਾ ਗਠਨ ਕਰਨਾ ਭਾਰਤੀ ਕਬਜ਼ੇ ਵਿਚਲੇ ਪੰਜਾਬ ਦੇ ਵਿੱਚ ਉਹਨਾਂ ਦਾ ਹੱਕ ਹੈ ਜੀ ਔਰ ਇਹੀ ਹੀ ਇੱਕ ਤਰੀਕਾ ਹੈ ਅੱਜ ਜੋ ਕਾਨੂੰਨੀ ਤੌਰ ਤੇ ਆਪਾਂ ਨੂੰ ਆਜ਼ਾਦੀ ਵੱਲ ਲੈ ਕੇ ਜਾਏਗਾ ਜੀ ਬਿਲਕੁਲ ਔਰ ਜੋ ਪਟੀਸ਼ਨ ਅਸੀਂ ਪ੍ਰਾਈਮ ਮਿੰისტਰ ਹਾਰਪਰ ਨੂੰ ਪਾਉਣ ਜਾ ਰਹੇ ਹਾਂ ਉਹਦੇ ਵਾਸਤੇ ਆਉਣ ਵਾਲੇ ਜਿੰਨੇ ਵੀ ਆਪਣੇ ਵੀਕ ਰਹਿ ਗਏ ਆ ਜਿਹਦੇ ਵਿੱਚੋਂ ਦੀ ਚਾਹੇ 20 ਮਾਰਚ ਦਾ ਜਾਂ 27 ਮਾਰਚ ਨੂੰ ਹੈ ਜਾਂ ਫਿਰ 5 ਅਪ੍ਰੈਲ ਨੂੰ ਹੈ ਤੁਸੀਂ ਆਪਣੇ ਲੋਕਲ ਜਿਹੜੇ ਗੁਰਦੁਆਰਾ ਸਹਿਬਾਨ ਐ ਕੈਨੇਡਾ ਦੇ ਵਿੱਚ ਹਾਂਜੀ ਉਹਦੇ ਵਿੱਚ ਪਟੀਸ਼ਨ ਜਿਹੜੀ ਹੈ ਤੁਸੀਂ ਰੈਫਰੈਂਡਮ 2020.org ਤੋਂ ਲੈ ਸਕਦੇ ਹੋ ਔਰ ਅਸੀਂ 20 ਗੁਰਦੁਆਰਾ ਸਹਿਬਾਨ ਦੇ ਵਿੱਚ ਕੈਂਪਸ ਲਗਾਵਾਂਗੇ ਪਟੀਸ਼ਨ ਜਿਹੜੀ ਆ ਉਹ ਤੁਸੀਂ ਹਜ਼ਾਰਾਂ ਦੀ ਤਦਾਦ ਚ ਦਸਖਤ ਕਰੋ ਸਾਈਨ ਕਰੋ ਤਾਂ ਕਿ ਪ੍ਰਧਾਨ ਮੰਤਰੀ ਹਾਰਪਰ ਜਿਹੜਾ ਹੈ ਉਹ ਮੋਦੀ ਨੂੰ ਇਹ ਸਵਾਲ ਵੀ ਕਰੇ ਔਰ ਉਹਨੂੰ ਕਹੇ ਕਿ ਸਿੱਖਾਂ ਦੀ ਖੁਦਮੁਖਤਿਆਰੀ ਦਾ ਜਿਹੜਾ ਹੱਕ ਹੈ ਉਹਨੂੰ ਮਾਨਤਾ ਦੇਵੇ ਬਿਲਕੁਲ ਬਿਲਕੁਲ ਤੇ ਵੀ ਜੀ ਅਸੀਂ ਤੁਹਾਡੇ ਕੋਲ ਜਾਨਣਾ ਚਾਹਾਂਗੇ ਕਿ ਕਿਉਂਕਿ ਅਸੀਂ ਟਾਈਮ ਟੂ ਟਾਈਮ ਅਪਨ ਕਾਂਗਰਸ ਪਾਰਟੀ ਬਾਰੇ ਜਾਣਦੇ ਕਿਸ ਤਰ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀ ਬਬਾ ਆਰ ਪਰਪਸ ਇਸ ਟੂ ਬ੍ਰਿੰਗ ਆਊਟ ਮੋਰ ਅਵੇਰਨੈਸ ਟੂਵਰਡ ਮੋਦੀ ਸਰਕਾਰ ਕਿ ਵਾਟ ਦੇ ਆਰ ਡੂਇੰਗ ਰਾਈਟ ਨਾਓ ਜਿਸ ਤਰ੍ਹਾਂ 2002 2003 ਦੇ ਵਿੱਚ ਇਹਨਾਂ ਨੇ ਸਾਡੇ ਮੁਸਲਮਾਨਾਂ ਭਰਾਵਾਂ ਨੂੰ ਮਾਰਿਆ ਸੀਗਾ ਦੈਟ ਇਸ ਦੀ ਰੀਜ਼ਨ ਦੇ ਵਰ ਬੈਨਡ ਇਨ ਅਮਰੀਕਾ ਰਾਈਟ ਪਰ ਹੁਣ ਜਿਸ ਤਰ੍ਹਾਂ ਉਹ ਮੋਦੀ ਸਰਕਾਰ ਬਣ ਗਈ ਈਵਨ ਵਾਈਟ ਨਾ ਉਹਨਾਂ ਦੇ ਕਾਰਗੁਜ਼ਾਰੀਆਂ ਸੇਮ ਹੀ ਨੇ Hindu Hindu Hindustan ਉਸ ਦੇ ਵਿੱਚ ਸਿੱਖਾਂ ਨੂੰ ਨਾਨਕ ਸ਼ੈਕਲ ਨੂੰ ਦਾ ਮੁੱਦਾ ਹੋਵੇ ਚਾਹੇ ਵੀ ਮੁਸਲਮਾਨਾਂ ਨੂੰ ਮਾਰ ਈਵਨ ਰਾਈਟ ਨਾ ਦੇ ਟ੍ਰਾਈਂਗ ਟੂ ਕਨਵਰਟ ਲਾਰ ਆਫ ਮੁਸਲਮਸ ਐਸ ਯੂ ਮੈਂਸ਼ਨ ਅਰਲੀਅਰ ਕਾਫੀ ਚਰਚਸ ਵੀ ਟਾਈ ਜਾਂਦੇ ਨੇ ਰਾਈਟ ਈਵਨ ਹਜੇ ਵੀ ਉਹਨਾਂ ਦੀ ਕਾਰਗੁਜ਼ਾਰੀਆਂ ਸੇਮ ਹੀ ਨੇ ਦੇ ਡਿਡ ਨਾ ਚੇਂਜ ਈਵਨ ਪ੍ਰੈਜ਼ੀਡੈਂਟ ਓਬਾਮਾ ਵੈਂਟ ਟੂ ਇੰਡੀਆ ਐਂਡ ਟੋਲਡ ਥੈਮ ਕਿ ਘੱਟ ਗਿਣਤੀਆਂ ਦਾ ਕੀ ਹਾਲ ਹੋ ਰਿਹਾ ਇੰਡੀਆ ਦੇ ਵਿੱਚ ਸੋ ਲਾਈਕ ਵਾਈ ਹੀ ਇਜ਼ ਆਈ ਮੀਨ ਆਈ ਨੋ ਹੀ ਇਜ਼ ਟ੍ਰਾਈਂਗ ਟੂ ਸ਼ੋ ਅ ਗੁੱਡ ਪਰਸਨੈਲਿਟੀ ਬਟ ਵਾਈ american government or the canadian government blinded by their good personality देखो जस्टिस मार्कंडे कार्टजू सुप्रीम कोर्ट भारत दा जस्टिस रे जी प्रेस काउंसिल ऑफ इंडिया दा प्रेसिडेंट सी उने कुछ दिन ਪਹਿਲਾਂ ਆਪਣੀ ਫੇਸਬੁੱਕ ਤੇ ਉੱਤੇ ਲਿਖਿਆ ਕਿ ਨਵੰਬਰ 84 ਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਜੀ ਔਰ ਕਾਂਗਰਸ ਫਲਰ ਦੇ ਵਿੱਚ ਆਈ ਜੀ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਕਤਲਿਆਮ ਕੀਤਾ ਗਿਆ ਔਰ ਮੋਦੀ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੱਕ ਪਹੁੰਚਿਆ ਉਹਨੇ ਕਿਹਾ ਕਿ ਸਿੰਪਲ ਫਾਰਮੂਲਾ ਇਲੈਕਸ਼ਨ ਜਿੱਤਣ ਦਾ ਮਾਈਨੋਰਟੀਜ਼ ਨੂੰ ਮਾਰੋ ਔਰ ਬਹੁ ਗਿਣਤੀ ਮੈਜੋਰਟੀ ਨੂੰ ਖੁਸ਼ ਕਰੋ ਔਰ ਵੋਟਾਂ ਲਓ ਮੈਂ ਸਮਝਦਾ ਹਾਂ ਵੀ ਜੇ ਇੱਕ ਇਹ ਗੱਲ ਉੱਥੇ ਇੱਕ ਇੰਡੀਅਨ ਪੈਟਰੀਅਟ ਨੂੰ ਸਮਝ ਆਈ ਉਹ ਕੋਈ ਖਾਲਿਸਤਾਨ ਦਾ ਹਮਾਇਤੀ ਨਹੀਂ ਹੈ ਜਾਂ ਉਹ ਕੋਈ ਕਸ਼ਮੀਰ ਦਾ ਹਮਾਇਤੀ ਨਹੀਂ ਹੈ ਉਹ ਇੰਡੀਅਨ ਨੈਸ਼ਨਲਿਸਟ ਹੈ لیکن ਜੇ ਉਹਨੂੰ ਇਹ ਗੱਲ ਸਮਝ ਆਈ ਹੈ ਤੇ ਜ਼ਾਹਰ ਹੈ ਕਿ ਇਹ ਬਾਹਰ ਬੈਠੇ ਜਿਹੜੀਆਂ ਪਾਲਿਸੀਜ਼ ਬਣਾਉਣ ਵਾਲੇ ਨੇ ਇਹਨਾਂ ਦੇ opinion maker ਨੇ decision maker ਨੇ ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ ਹੈ ਵੀ ਕੀ ਹੋਵੇ ਜੀ ਮੋਦੀ ਤਾਂ ਇੱਕ مخਟਾ ਉਸ ਹਿੰਦੂਤਵੀ ਵਿਚਾਰਧਾਰਾ ਦੇ ਉੱਤੇ ਜਿਹੜੀ ਹਿੰਦੂਤਵੀ ਵਿਚਾਰਧਾਰਾ ਪਿਛਲੇ ਲਗਭਗ 90 ਪਲੱਸ ਸਾਲ ਤੋਂ ਆਰਐਸਐਸ ਦੇ ਨਾਲ ਥੱਲੇ ਜਿਹੜੀ ਕਿ ਬਿਲਕੁਲ ਨਾਜ਼ੀਆਂ ਦੇ ਪੈਟਰਨ ਦੇ ਉੱਤੇ ਹੈ ਔਰ ਜਿਹੜਾ ਬਾਰ-ਬਾਰ ਇਹ ਕਹਿ ਰਹੇ ਨੇ ਕਿ ਇੱਥੇ ਰਹਿਣ ਵਾਲਾ ਹਰ ਕੋਈ Hindu ਹੈ ਔਰ Subramaniam Swami ਜਿਹੜਾ ਇਹਨਾਂ ਦਾ ਇੱਕ ਵੱਡਾ ideological ਹੈ ਔਰ ਇੱਥੇ Harvard ਦੇ ਵਿੱਚ ਕਿਸੇ ਵੇੜੇ ਉਹ summer courses ਵੀ ਪੜ੍ਹਾਉਂਦਾ ਰਿਹਾ ਜੀ ਉਹਨੇ ਪਿਛਲੇ ਦਿਨਾਂ 'ਚ Virat Hindu Sammelan Guwahati Assam ਦੇ ਵਿੱਚ ਹੋਇਆ ਉਹਦੇ 'ਚ ਉਹਨੇ ਕਿਹਾ ਕਿ ਜੀ ਇਹ ਮਸੀਤਾਂ ਔਰ ਚਰਚ ਜਿਹੜੇ ਨਹੀਂ ਇਹ ਤਾਂ ਧਾਰਮਿਕ ਸਥਾਨ ਹੀ ਨਹੀਂ ਹੈਗੇ ਸਿਰਫ ਹਿੰਦੂ ਮੰਦਿਰ ਕਿਉਂਕਿ ਉੱਥੇ ਭਗਵਾਨ ਸਥਾਪਿਤ ਹੁੰਦੇ ਨੇ ਹਾਂਜੀ ਉਹ ਧਾਰਮਿਕ ਸਥਾਨ ਇਹਨਾਂ ਨੂੰ ਜਦੋਂ ਮਰਜ਼ੀ ਚਾਹੋ ਹਟਾਇਆ ਜਾ ਸਕਦਾ ਹੈ ਹੁਣ ਜਾ ਰਿਹਾ ਹੈ ਕਿ ਇਹ ਗੱਲ ਮਾਈਨੋਰਟੀਜ਼ ਦੇ ਹਵਾਲੇ ਨਾਲ ਹੋਏ ਔਰ ਕੱਲੀ ਸਿਰਫ ਇਹ ਧਾਰਮਿਕ ਥਾਂ ਟਾਣ ਦੀ ਗੱਲ ਨਹੀਂ ਹੈ ਗੁਜਰਾਤ ਦੇ ਮਾਮਲੇ 'ਚ ਸਿੱਖ ਸਿੱਧੇ ਤੌਰ ਤੇ ਉਹਨਾਂ ਨੇ ਦੇਖਿਆ ਵੀ ਕਿਵੇਂ 50000 ਦੇ ਕਰੀਬ ਸਿੱਖ ਫਾਰਮਰ ਜਿਨ੍ਹਾਂ ਨੇ ਅੱਧੀ ਸਦੀ ਖੂਨ ਪਸੀਨਾ ਵਹਾ ਕੇ ਉੱਥੇ ਉਸ ਲੈਂਡ ਨੂੰ ਆਬਾਦ ਕੀਤਾ ਹੈ ਉਹਨਾਂ ਨੂੰ ਡਿਸਟਰੋਏ ਕੀਤਾ ਜਾ ਰਿਹਾ ਹੈ ਆਰਡੀਨੈਂਸ ਕੱਢ ਲਿਆ ਇਵਨ ਹਾਈ ਕੋਰਟ ਦਾ ਫੈਸਲਾ ਜਿਹੜਾ ਗੁਜਰਾਤ ਦਾ ਉਹਨੂੰ ਪਾਸੇ ਰੱਖ ਕੇ ਉਸ ਪਾਰਟ ਨੂੰ ਕੀਤਾ ਔਰ ਇਹਨਾਂ ਸਾਰੇ ਇਸ ਪੀਰੀਅਡ ਦੇ ਦੌਰਾਨ ਕੱਲੀ ਗੱਲ ਇਹ ਨਹੀਂ ਹੈ ਜੇ ਐਮਨੇਸਟੀ ਇੰਟਰਨੈਸ਼ਨਲ ਦੀ ਤੁਸੀਂ ਰਿਪੋਰਟ ਕੱਢੋ ਇਵਨ ਲਾਸਟ ਵੀਕ ਦੀ ਕਿ ਇਵਨ ਲੈਂਡ ਐਕ acquisition ਐਕਟ ਵਰਗੇ ਜਿਹੜੇ ਐਕਟ ਨੇ ਜਿਹਦੇ ਥੱਲੇ ਕਾਮਨ ਜਿਹੜਾ ਫਾਰਮਰ ਹੈ ਉਹ ਸਫਰ ਕਰ ਰਿਹਾ ਅੱਜ ਹਾਲਤ ਇਹ ਬਣੀ ਹੈ ਕੇ 200 ਮੈਂਬਰ ਪਾਰਲੀਮੈਂਟ ਜਿਹੜੇ ਨੇ ਰਾਜ ਸਭਾ ਦੂਜਿਆਂ ਦੇ ਭਾਜਪੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਉਹ ਮਾਰਚ ਕਰਨ ਦੇ ਲਈ ਬਾਹਰ ਨਿਕਲੇ ਨੇ ਦਿੱਲੀ ਦੇ ਵਿੱਚ ਹਜ਼ਾਰਾਂ ਕਿਸਾਨ ਇਕੱਠੇ ਨੇ ਜਿਹੜੇ ਕਿ ਮਾਰਚ ਕਰ ਰਹੇ ਨੇ ਸੋ ਅਸੀਂ ਸਮਝਦੇ ਆਂ ਕਿ ਇਹ ਜਿਹੜੀ ਬਿਲਕੁਲ ਨਾਜ਼ੀ ਤਰਜ਼ ਦੇ ਉੱਤੇ ਇਹਨਾਂ ਹਿੰਦੂਤਵੀਆਂ ਦੀਆਂ ਪਾਲਿਸੀਆਂ ਨੇ ਜਿੱਥੇ ਮਾਈਨੋਰਟੀਜ਼ ਨੂੰ ਕਿਲ ਕਰਦੀਆਂ ਨੇ ਜੀ ਉਹਨਾਂ ਦੇ ਬੇਸਿਕ ਹੱਕ ਨੂੰ ਡਿਨਾਈ ਕਰਦੇ ਨੇ ਉੱਥੇ ਇਵਨ ਜਿਹੜਾ ਐਵਰੇਜ ਉੱਥੇ ਗਰੀਬੀ ਦੇ ਨਾਲ ਕੁਲ ਰਿਆ ਕਾਮਨ ਕਿਸਾਨ ਉਨਾ ਦੀਆਂ ਵੀ ਵਿਰੋਧੀ ਨੇ ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਔਰ ਤੁਸੀਂ ਪਹਿਲਾ ਸਵਾਲ ਪੁੱਛਿਆ ਸੀ ਕਿ ਜੀ ਪੈਟੀਸ਼ਨਰ ਦਾ ਕੀ ਫਾਇਦਾ ਹੁੰਦਾ ਹੈ ਮੈਂ ਸਮਝਦੇ ਹਾਂ ਵੀ ਇਸ ਕਿਸਮ ਦੇ ਜਿਹੜੇ ਕੁਝ ਲੋਕ ਨਹੀਂ ਜੀ ਜਿਨ੍ਹਾਂ ਨੂੰ ਜੋ ਮਰਜ਼ੀ ਤੁਸੀਂ ਕਰ ਲਓ ਉਹਨਾਂ ਨੇ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਨਹੀਂ ਲਾਣਾ ਸੋ ਇਹ ਕੈਟਾਗਰੀ ਹੈ ਅਸੀਂ ਸਮਝਦੇ ਹਾਂ ਵੀ ਫਾਇਦਾ ਤਾਂ ਨਜ਼ਰ ਆਇਆ ਓਬਾਮਾ ਦਾ ਨਜ਼ਰ ਨਹੀਂ ਆਇਆ ਵੀ ਕੀ ਉਸਨੇ ਕਿਵੇਂ ਰਿਸਪੌਂਡ ਕੀਤਾ ਜੀ ਸੋ ਅਸੀਂ ਸਮਝਦੇ ਹਾਂ ਕਿ ਇਹ ਨਾਲ ਇੱਕ ਤੁਹਾਡਾ ਕਿਸ ਬਿਲਟ ਹੁੰਦਾ ਤੁਸੀਂ ਆਪਣੀ ਮੰਜ਼ਲ ਦੇ ਵੱਲ ਵੀ ਵਧਦੇ ਹੋ ਔਰ ਜ਼ਾਹਰ ਹੈ ਕਿ ਜਿਸ ਤਰੀਕੇ ਦੇ ਨਾਲ ਸਿੱਖਾਂ ਨੇ ਆਪਣਾ ਕੇਸ ਬਿਲਟ ਕਰਨਾ ਸ਼ੁਰੂ ਕੀਤਾ ਹੈ ਇੰਗਲੈਂਡ ਦੇ ਵਿੱਚ ਸਿੱਖ ਮੈਨੀਫੈਸਟੋ ਦੇ ਹਵਾਲੇ ਨਾਲ ਉਹ ਸਾਹਮਣੇ ਆਏ ਨੇ ਇੱਥੇ ਜਿਹੜਾ ਇਹ ਗੱਲ ਪਲੇਬਿਸਾਈਟ ਦੇ ਹਵਾਲੇ ਨਾਲ ਕੈਨੇਡਾ ਦੇ ਵਿੱਚ ਫੋਕਸ ਹੋ ਰਿਹਾ ਹੈ ਬਾਕੀ ਵੀ ਇਸ਼ੂ ਨੇ ਅਸੀਂ ਸਮਝਦੇ ਹਾਂ ਕਿ ਆਂੜਵਾੜੇ ਸਮੇਂ 'ਚ ਅਸੀਂ ਬਾਕੀ ਦੂਸਰੀਆਂ ਜਥੇਬੰਦੀਆਂ ਔਰ ਪੰਥ ਪ੍ਰਸਤ ਵੀਰਾਂ ਭੈਣਾਂ ਨੂੰ ਵੀ ਬੇਨਤੀ ਕਰਾਂਗੇ ਇੱਕ ਰੂਫ ਤੇ ਥੱਲੇ ਆ ਕੇ ਜੇ ਕਿਸੇ ਨੂੰ ਲੱਗਦਾ ਹੈ ਕਿ ਕੋਈ ਬੈਟਰ ਸਟਰੈਟਜੀ ਹੋ ਸਕਦੀ ਹੈ ਅਸੀਂ ਉਹਦੇ ਲਈ ਬਿਲਕੁਲ ਓਪਨ ਹੋਣੇ ਚਾਹੀਦੇ ਹਾਂ ਔਰ ਲੇਕਿਨ ਹਰ ਕੰਮ ਕਰਨ ਵਾਲੇ ਦੀਆਂ ਹੀ ਲੱਤਾਂ ਖਿੱਚਣੀਆਂ ਔਰ ਹਰ ਹੁੰਦੇ ਕੰਮ ਦੇ ਉੱਤੇ ਜਿਹੜਾ ਉਹ ਸਿਆਹੀ ਸੁੱਟ ਦੇਣੇ ਇਹ ਜੀ ਇਹ ਅਪਰੋਚ ਠੀਕ ਨਹੀਂ ਹੈ ਇਹ ਸਾਨੂੰ ਕਿਤੇ ਨਹੀਂ ਲੈ ਕੇ ਜਾਏਗੀ ਔਰ ਇਹ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਕੁਝ ਉਹਨਾਂ ਦੇ ਰਸਤੇ 'ਚ ਰੁਕਾਵਟਾਂ ਖੜੀਆਂ ਕਰਨੇ जी बिल को थैंक यू सो मच फॉर द इंफॉर्मेशन बिकॉज वी हैव 4 मिनट्स लेफ्ट बिफोर आई आस्क यू फॉर मैसेज फॉर द सिक्कम आई वुड लाइक टू आस्क जस्ट लाइक अ रिपोर्ट सर वी पता लगा कि मोदी अपने कैनेड दौरे दौरान कैनेड सबसे पुराने गुरुद्वारे एनएफएम प्रनउंसिंग एट राइट अब्बासफोर्ड ब्रिटिश कोलंबिया वी जा रहे ने राइट एंड कैन यू टेल अस अ लिटिल अबाउट अबाउट दैट देखो सी ये खबरਾਂચી ही पड़या है कि प्रधानमंत्री मोदी गुरुद्वारा साबान वी जाएंगे जी और जिवें के मैं पहलो भी दसया ਕਿ ਸਿੱਖ ਕੌਮ ਸੰਘਰਸ਼ਸ਼ੀਲ ਸਿੱਖ ਕੌਮ ਹਾਂਜੀ ਆਪਣੇ ਹੱਕਾਂ ਦੇ ਲਈ ਔਰ ਆਪਣੇ ਤੇ ਹੋਈ ਨਸਲਕੁਸ਼ੀ ਜੀ ਜੋ ਕਿ ਨਸਲਕੁਸ਼ੀ ਇਸ ਕਰਕੇ ਹੋਈ ਕਿ ਉਹਨਾਂ ਨੇ ਖੁਦ ਮੁਖਤਿਆਰੀ ਦਾ ਜਿਹੜਾ ਆਪਣਾ ਹੱਕ ਹੈ ਉਹਦੀ ਮੰਗ ਕੀਤੀ ਸੀ ਹਾਂਜੀ ਜਿਹਦੇ ਕਾਰਨ 1 ਲੱਖ ਤੋਂ ਵੱਧ ਸਿੱਖ ਸੰਘਰਸ਼ਸ਼ੀਲ ਦਾ ਜਿਹੜਾ ਹੈ ਉਹ ਨਸਲਕੁਸ਼ੀ ਹੋਈ ਹੈ ਕਤਲ ਹੋਇਆ ਹੈ ਔਰ ਜਿਨ੍ਹਾਂ ਵਿੱਚ ਕਈ ਕੈਨੇਡੀਅਨ ਸਿਟੀਜ਼ਨਸ اور ਨਾਗਰਿਕ ਵੀ ਸੀ ਹਾਂਜੀ ਸੋ ਜਿੱਥੇ ਜਿੱਥੇ ਵੀ ਪ੍ਰਧਾਨ ਮੰਤਰੀ ਮੋਦੀ ਜਾਏਗਾ ਜੀ ਉਸ ਦੇ ਖਿਲਾਫ ਆਪਣੇ ਹੱਕ ਦੇ ਲਈ ਸਿੱਖ ਕੌਮ ਜਿਹੜੀ ਹੈ ਉਹ ਖੜੀ ਹੋਏਗੀ ਬਿਲਕੁਲ ਬਿਲਕੁਲ ਅਮ ਵੀ ਆਮ ਸੌਰੀ ਬਿਕਾਜ਼ ਵੀ ਡੋਨਟ ਹੈਵ ਇਨਫ ਟਾਈਮ ਫਾਰ ਦਿਸ ਟਾਪਿਕ ਐਨ ਯੂਸੂਅਲੀ ਵੀ ਡੂ ਆਲਵੇਸ ਡੂ 1 ਆਵਰ ਸ਼ੋ ਬਟ ਟੂਡੇ ਵੀ ਡੂਇੰਗ ਓਨਲੀ 30 ਮਿੰਟ ਸ਼ੋ ਸੋ ਐਟ ਦੀ ਐਂਡ ਬਿਕਾਜ਼ ਐਸ ਆਈ ਸੈ ਕਿ ਵੀ ਆਰ ਔਨ ਵੈਲ ਫਾਈਵ ਚੈਨਲ 2332 ਤੁਸੀਂ ਸਾਨੂੰ ਸਿਕ ਸੰਤਨ ਰਿਗਾਰਡਿੰਗ ਦਿਸ ਪੇਟੀਸ਼ਨ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਜਿਹੜੀ ਪੇਟੀਸ਼ਨ ਪ੍ਰਧਾਨ ਮੰਤਰੀ ਹਾਰਪਰ ਨੂੰ ਪਾਈ ਜਾ ਰਹੀ ਹੈ ਇਹਦੇ ਤਿੰਨ ਅੱਡ ਅੱਡ ਪਹਿਲੂ ਹੈ ਤਿੰਨ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਹੈ ਜਾਂ ਐਕਸ਼ਨਸ ਦਿੱਤੇ ਜਾ ਰਹੇ ਆ ਸਭ ਤੋਂ ਪਹਿਲਾ ਹੈ 4 April ਨੂੰ ਇੱਕ ਰੈਫਰੈਂਡਮ ਕਾਨਫਰੰਸ ਜਿਹੜੀ ਹੈ ਉਹ ਮੂਨਲਾਈਟ ਕਨਵੈਨਸ਼ਨ ਸੈਂਟਰ ਮਿਸਿਸਾਗਾ ਛਨਿਚਰਵਾਰ 6 ਤੋਂ 8 ਵਜੇ ਕਰਵਾਈ ਜਾ ਰਹੀ ਹੈ ਜੀ ਜਿਸ ਦੇ ਵਿੱਚ ਸਿੱਖ ਕੌਮ ਦਾ ਜੋ ਆਪਣਾ ਹੱਕ ਹੈ ਖੁਦਮੁਖਤਿਆਰੀ ਦਾ ਔਰ ਪੰਜਾਬ ਵਿੱਚ ਰੈਫਰੈਂਡਮ ਕਰਾਉਣ ਦੀ ਜੋ ਇੱਕ ਜਾਗਰੂਕ ਲਹਿਰ ਸ਼ੁਰੂ ਕੀਤੀ ਜਾ ਰਹੀ ਹੈ ਉਸ ਵਾਸਤੇ ਕਰਵਾਈ ਜਾ ਰਹੀ ਹੈ ਹਾਂਜੀ 6 April ਨੂੰ ਜੋ ਪ੍ਰਧਾਨ ਮੰਤਰੀ ਹਾਰਪਰ ਨੂੰ ਪਟੀਸ਼ਨ ਪਾਈ ਜਾ ਰਹੀ ਹੈ ਉਹ ਆਟਵਾ ਦੇ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਦੇ ਜਿਹੜੇ ਸਾਈਨ ਹੋਣਗੇ ਜਿਹੜੇ ਜਿਹੜੇ ਅਗਲੇ ਆਪਣੇ ਸੰਡੇਜ਼ ਆ ਰਹੇ ਆ ਜਿਦੇ ਵਿੱਚੋਂ ਦੀ 29 ਤਰੀਕ ਨੂੰ ਵੀ 5 ਤਰੀਕ ਨੂੰ ਵੀ ਔਰ 22 ਤਰੀਕ ਨੂੰ ਹਾਂਜੀ 22 ਮਾਰਚ ਨੂੰ 29 ਮਾਰਚ ਨੂੰ ਔਰ 5 ਅਪ੍ਰੈਲ ਨੂੰ ਹਰ ਗੁਰਦੁਆਰਾ ਸਹਿਬਾਨ ਦੇ ਵਿੱਚ ਚਾਹੇ ਈਸਟ ਚਾਹੇ ਵੈਸਟ ਚਾਹੇ ਸਿੱਖ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਾਈਨ ਜਿਹੜੇ ਆ ਇਸ ਪਟੀਸ਼ਨ ਦੇ ਉੱਤੇ ਜ਼ਰੂਰ ਕਰਨ ਉਹ 6 ਅਪ੍ਰੈਲ ਨੂੰ ਪਾਈ ਜਾਏਗੀ ਔਰ ਇਸੇ ਤਰ੍ਹਾਂ ਜਿੱਥੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਪਹੁੰਚੇਗਾ ਜਾਂ ਐਨ ਆਰ ਆਈਜ਼ ਉਹਨਾਂ ਦਾ ਇਕੱਠ ਕਰਨਗੇ ਉਹਦੇ ਬਾਹਰ ਰੈਫਰੈਂਡਮ ਰੈਲੀਆਂ ਜਿਹੜੀਆਂ ਹੈ ਜੋ ਸਾਡਾ ਸਿੱਖ ਕੌਮ ਦਾ ਹੱਕ ਹੈ ਕੈਨੇਡਾ ਵਿੱਚ ਵੱਸਦਾ ਉਹ ਅਸੀਂ ਉਥੇ ਜ਼ਰੂਰ ਕਰਾਂਗੇ ਜੀ ਬਿਲਕੁਲ ਵੀ ਵੀ ਹੈ ਫਿਊ ਸੈਕੰਡਸ ਲੈਫਟ ਯੂ ਵਾਂਟ ਟੂ ਸੇ ਐਨੀਥਿੰਗ ਟੂ ਸਿੱਖ ਕਮਿਊਨਿਟੀ ਰਿਗਾਰਡਿੰਗ ਥਿਸ ਉਹ ਮੈਂ ਸਮਝਦਾ ਕਿ ਜਿਹੜੇ ਵੀ ਪ੍ਰੋਗਰਾਮ ਲਿਖੇ ਗਏ ਨੇ, ਰੈਲਿਸ ਦੇ ਨੇ, ਪੈਟੀਸ਼ਨ ਸਿਗਨੇਚਰ ਦੇ ਨੇ ਉਹਨਾਂ ਚ ਵਾਤੋਂ ਵਾਤ ਸ਼ਮੂਲੀਅਤ ਕੀਤੀ ਜਾਏ। ਹਾਂਜੀ। ਔਰ ਜੇ ਸੰਭਵ ਹੋਇਆ ਤਾਂ ਅਸੀਂ ਆਉਣ ਵਾਲੇ ਦਿਨਾਂ ਚ ਇੱਕ ਪ੍ਰੋਗਰਾਮ ਇਸ ਦੇ ਉੱਤੇ ਹੋਰ ਵੀ ਕਿਉਂਕਿ ਕੁਝ ਇਸ਼ੂਜ਼ ਨੇ। ਹਾਂਜੀ। ਜਿਹੜੇ ਇਸ ਦੇ ਨਾਲ ਰਿਲੇਟਿਡ ਨੇ ਉਹਦੇ ਉੱਤੇ ਫਿਰ ਵਿਚਾਰ ਕਰਾਂਗੇ। ਹਾਂਜੀ। ਮੋਰ ਇਨ ਡੀਟੇਲਸ। ਜੀ। ਜੀ ਵੈਲ ਥੈਂਕ ਯੂ ਸੋ ਮੱਚ ਵੀਰ ਜੀ ਕਿ ਤੁਸੀਂ ਸੱਤ ਟਾਈਮ ਕਾ ਦੇ ਕੇ ਇਨ ਇਸ ਮੁੱਦੇ ਤੋਂ ਪਰਸਾਦਿਵ ਦਸ਼ਕਨਾਲ ਸਾਂਝ ਪਾਈ ਐਂਡ ਆਈ ਆਲਸੋ ਰਿਕਵੈਸਟ ਟੀਵੀ 84 ਸਪੈਸ਼ਲ ਨਿਊਜ਼ ਦੇ ਸਾਰੇ ਦਰਸ਼ਕ ਨਿਓਨ ਵੀ ਰਿਕਵੈਸਟ ਕਰਦੇ ਆ ਕਿ ਉਹ ਵੀ ਇਸ ਪਟੀਸ਼ਨ ਤੇ ਸਾਈਨ ਕਰਨ ਐਂਡ ਥੈਂਕ ਯੂ ਸੋ ਮੱਚ ਕਿ ਟੀ 6 ਵਰ ਜਸਿਸ ਬਲੋ ਇਸ ਚੰਗਾ ਸ਼ਲਾਗਾ ਜੋਗ ਪ੍ਰੋਗਰਾਮ ਤੁਹਾੜੇ ਕੋ ਲਿਖਦੇ ਆ ਤੁਸੀਂ ਟਾਈਮ ਟੂ ਟਾਈਮ ਐਂਡ ਥੈਂਕ ਯੂ ਸੋ ਮੱਚ ਫॉर 댓 ਸੋ ਵੀਰ ਜੀ ਹੋਣੇ ਸਤਾਰ ਦੋਨਾਂ ਕੋ ਇਜ਼ਤ ਲੈਣੇ ਆ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਤੇ ਵੀਵਰਸ ਇਸ ਨਾਲ ਅਸੀਂ ਤੁਹਾਡਾ ਰਿਕਵਇਜ਼ਤ ਲੈਣ ਤਦ ਤੱਕ ਲਈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ